ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਅਤੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਤ ਦੋਨੋਂ ਵੱਲ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਣ ਵਾਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹੋ ਆਪਾਂ ਇਸ ਟਾਈਮ ਅਪਡੇਟ ਅਮੈਰੀਕਾ। ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ 1450 AM ਯੂਬਰ ਸਿਟੀ, 96.5 FM ਯੂਬਰ ਸਿਟੀ, 1470 AM ਸੈਕਰਾਮੈਂਟੋ, ਇਸੇ ਤਰ੍ਹਾਂ 1300 AM ਫਰਿਜ਼ਨੋ, 1350 AM ਬੇਕਰਸਫੀਲਡ, ਨਾਲ ਦੀ ਨਾਲ ਜਿਹੜੇ ਸਾਡੇ ਸਾਈਡ ਬੈਂਡ ਵਾਲੇ ਰੇਡੀਓ ਸਟੇਸ਼ਨ ਘਰਾਂ 'ਚ ਤੁਸੀਂ ਰੇਡੀਓ ਸੈਟਸ 'ਤੇ ਸੁਣ ਰਹੇ ਹੋ, ਸੈਨੋਜ਼ੇ, ਬਰਕਲੇ, ਟਰੇਸੀ, ਸਟੋਕਟਨ, ਮੋਡੈਸਟੋ ਅਤੇ ਮਰਸਡ, ਆਈਫੋਨ ਅਤੇ ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਦਸੰਬਰ ਦੀ 2 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਸੋਮਵਾਰ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪੋਂਸਰਸ, ਉਹਨਾਂ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ, ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408-272-2500, 408-272-2500, ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਕਲੋਵਿਸ, ਅਮਰਜੀਤ ਸਿੰਘ ਸਟੋਕਟਨ, ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ ਯੂਨੀਵਰਸਿਟੀ, ਗੁਰਮੀਤ ਸਿੰਘ ਗਿੱਲ ਕਲੋਵਿਸ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬੁਰਰਾਜ ਸਿੰਘ ਬਰਾੜ ਸ਼੍ਰੀ ਗੰਗਾਨਗਰ, ਬੁੱਲਾ ਸਿੰਘ ਰਾਣਾ ਯੂਨੀਵਰਸਿਟੀ, ਹਰਜੀਤ ਸਿੰਘ ਲਿਵਨਮੋਰ, ਕਰਮਜੀਤ ਸਿੰਘ ਟਰਲੋਕ, ਅਵਤਾਰ ਸਿੰਘ ਸਿੱਧੂ, ਮੇਜਰ ਸਿੰਘ ਸਿੱਧੂ, ਰਮਿੰਦਰ ਬਸਰਾ, ਸਤਨਾਮ ਸਿੰਘ ਧਾਲੀਵਾਲ, ਸੁੱਖਾ ਸਿੰਘ ਆਖਲ, ਜੱਸੀ ਗਿੱਲ ਪਲੰਬਿੰਗ ਵਾਲੇ, ਮਿੰਦਰ ਧਾਲੀਵਾਲ, ਸਾਰੇ ਜਾਣੇ ਬੇਕਰ ਸਵੀਟ ਤੋਂ, ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲਾਂ ਆਪਾਂ ਜੇ ਕੈਲੀਫੋਰਨੀਆ ਦਾ ਵੈਦਰ ਦੱਸਦੇ ਜਾਈਏ, ਕਾਫੀ ਜਿਹੜਾ ਮੀਂਹ ਪੈ ਰਿਹਾ ਹੈਗਾ ਆ। ਜਿਸ ਤਰ੍ਹਾਂ ਸਟੋਰਮ ਆਇਆ ਸੀ ਕੱਲ੍ਹ ਵੀ ਬੇ ਏਰੀਏ ਦੇ ਵਿੱਚ, ਅੱਜ ਵੀ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਫ੍ਰਿਜ਼ਨੋ ਏਰੀਏ 'ਚ ਵੀ। ਅਤੇ ਕਹਿੰਦੇ ਵੀ ਬਹੁਤ ਜਿਹੜੇ ਹਾਈਵੇ ਆ ਉਹ ਸਟੱਕ ਰਹੇ, ਜਿਨ੍ਹਾਂ ਦੇ ਵਿੱਚ ਟ੍ਰੈਫਿਕ ਬਹੁਤ ਜ਼ਿਆਦਾ ਰਿਹਾ ਕਿਉਂਕਿ ਲੌਂਗ ਵੀਕਐਂਡ ਸੀਗਾ। ਸਭ ਤੋਂ ਜ਼ਿਆਦਾ ਜਿਹੜਾ ਹਾਈਵੇ ਆ I-15 ਜਿਹੜਾ ਲੋਸ ਵੈਗਸ ਟੂ ਕੈਲੀਫੋਰਨੀਆ ਨੂੰ ਆਉਂਦਾ ਹੈਗਾ ਆ, ਉੱਥੇ ਕਹਿੰਦੇ ਲਗਭਗ 20 ਮੀਲ ਲੰਮਾ ਜਿਹੜਾ ਆ ਜਾਮ ਲੱਗਿਆ ਰਿਹਾ, ਕਾਫੀ ਘੰਟੇ ਜਿਹੜੇ ਲੋਕਾਂ ਨੂੰ ਲੱਗੇ। ਜਿਹੜੇ ਫ੍ਰਿਜ਼ਨੋ ਤੋਂ ਵੀ ਜਿਹੜਾ ਇੱਧਰ ਨੂੰ ਤੁਸੀਂ 99 'ਤੇ ਆਉਂਦੇ ਸੀ ਮਡੇਰਾ ਦੇ ਲਾਗੇ, ਜਿਹੜਾ 99 ਬਿਲਡ ਹੋ ਰਿਹਾ ਉੱਥੇ ਪੂਰੀ ਤਰ੍ਹਾਂ ਫਲੱਡ ਹੋਇਆ ਸੀ, ਇੱਕੋ ਲੇਨ ਚੱਲਦੀ ਸੀ, ਉੱਥੇ ਵੀ ਬਹੁਤ ਜ਼ਿਆਦਾ ਜਿਹੜਾ ਟ੍ਰੈਫਿਕ ਰਿਹਾ, ਘੰਟਾ ਡੇਢ ਡੇਢ ਘੰਟੇ ਦਾ ਉੱਥੇ ਡਿਲੇ ਸੀਗਾ। ਹਾਈਵੇ ਪੈਟਰੋਲ ਵਾਲਿਆਂ ਨੇ ਜਿਹੜੀ ਵਾਰਨਿੰਗ ਇਸ਼ੂ ਕੀਤੀ ਆ, ਕਹਿੰਦੇ ਵੀ ਕੋਈ ਵੀ ਬੰਦਾ ਜਿਹੜਾ ਸ਼ੋਲਜਰ ਤੋਂ ਸਾਈਡ ਤੋਂ ਮਤਲਬ ਲੰਘ ਕੇ ਜਾਊਗਾ, ਸ਼ੋਰਟਕੱਟ ਕਰੂਗਾ, ਅਤੇ ਉਹਨੂੰ $200 ਦਾ ਫਾਈਨ ਆ, ਅਤੇ ਉਹਦੇ ਜਿਹੜਾ ਡਰਾਈਵਿੰਗ ਰੈਕਰਡ ਆ ਉਹਦੇ ਉੱਤੇ ਪੁਆਇੰਟ ਜਾਣਗੇ। ਇਹ ਬਿਲਕੁਲ ਧਿਆਨ ਨਾਲ ਰੱਖ ਲਿਓ। ਕਈ ਵਾਰ ਕੀ ਹੁੰਦਾ ਵੀ ਟ੍ਰੈਫਿਕ ਕਾਰਾਂ ਬਹੁਤ ਸਲੋ ਚੱਲਦੀਆਂ, ਅਤੇ ਆਪਾਂ ਦੇਖਦੇ ਹਾਂ ਵੀ ਲੈਫਟ ਸਾਈਡ ਤੋਂ ਜਾਂ ਰਾਈਟ ਸਾਈਡ ਤੋਂ ਸ਼ੋਲਜਰ ਤੋਂ ਜਗ੍ਹਾ ਹੈਗੀ ਆ, ਲੰਘ ਕੇ ਤਾਂ ਅੱਗੇ ਚੱਲ ਜਾਈਏ ਤੇਜ਼ੀ ਨਾਲ, ਸੋ ਉਹ ਰੋਂਗ ਹੈਗਾ। ਅਤੇ ਉਹਦੇ ਨਾਲ ਤੁਹਾਨੂੰ ਟਿਕਟ ਵੀ ਮਿਲ ਸਕਦੀ ਹੈਗੀ ਆ, ਅਤੇ ਨਾਲ ਦੀ ਨਾਲ ਤੁਹਾਡੇ ਜਿਹੜੇ ਪੁਆਇੰਟ ਆ DMV ਦੇ ਉੱਤੇ ਚੜ੍ਹਨਗੇ, ਅਤੇ ਫਿਰ ਤੁਹਾਡੀ ਜਿਹੜੀ ਇੰਸ਼ੋਰੈਂਸ ਆ ਉਹ ਮਹਿੰਗੀ ਹੋ ਸਕਦੀ ਆ। ਜੀ ਬਿਲਕੁਲ, ਮੌਸਮ ਦੇ ਬਾਰੇ ਜੇ ਆਪਾਂ ਗੱਲ ਕਰਦੇ ਜਾਈਏ, ਨਿਊਯਾਰਕ ਦੇ ਜਿਹੜੇ ਗਵਰਨਰ ਆ ਉਹਨਾਂ ਨੇ ਉੱਥੇ ਜਿਹੜੀ ਸਟੇਟ ਆਫ ਐਮਰਜੈਂਸੀ ਜਿਹੜੀ ਉਹ ਡਿਕਲੇਅਰ ਕਰ ਦਿੱਤੀ ਹੈ, ਅਤੇ ਉਹਨਾਂ ਨੇ ਜਿਹੜਾ ਨੈਸ਼ਨਲ ਗਾਰਡਸ ਹੈਗੇ ਆ ਉੱਥੇ ਉਹਨਾਂ ਨੂੰ ਐਕਟੀਵੇਟ ਜਿਹੜਾ ਉਹ ਕੀਤਾ ਆ ਵਿੰਟਰ ਸਟੋਰਮ ਦੇ ਕਰਕੇ। ਇਸ ਟਾਈਮ ਉੱਥੇ ਬਹੁਤ ਭਾਰੀ ਜਿਹੜੀ ਆ ਬਰਫ਼ਬਾਰੀ ਇਹਨਾਂ ਇਲਾਕਿਆਂ ਦੇ ਵਿੱਚ ਜਿਹੜੀ ਉਹ ਹੋ ਰਹੀ ਆ, ਉਹਨਾਂ ਸਾਰਿਆਂ ਤੋਂ ਬਚਾਅ ਦੇ ਲਈ ਲੋਕਾਂ ਨੂੰ ਘਰੋਂ ਘਰੀ ਰਹਿਣ ਦੇ ਲਈ ਜਿਹੜਾ ਉਹ ਆਖਿਆ ਗਿਆ ਰਿਹਾ। ਬਹੁਤ ਜ਼ਿਆਦਾ ਮੀਂਹ ਜਿਹੜਾ ਆ ਇਹਨਾਂ ਦਿਨਾਂ ਦੇ ਵਿੱਚ ਇਸ ਇਹਨਾਂ ਸਟੇਟਸ ਦੇ ਵਿੱਚ ਜਿਹੜਾ ਉਹ ਲੱਥ ਰਿਹਾ ਆ। ਸੋ ਨਿਊਯਾਰਕ ਦੇ ਜਿਹੜੇ ਗਵਰਨਰ ਹੈਗੇ ਨੇ ਕੂਮੋ, ਉਹਨਾਂ ਨੇ ਉੱਥੇ ਸਟੇਟ ਆਫ ਐਮਰਜੈਂਸੀ ਜਿਹੜੇ 7 ਕਾਊਂਟੀਜ਼ ਦੇ ਵਿੱਚ ਜਿਹੜੀ ਡਿਕਲੇਅਰ ਆ ਉਹ ਕੀਤੀ ਹੈਗੀ ਆ। ਹਜ਼ਾਰਾਂ ਹੀ ਲੋਕਾਂ ਦੀ ਜਿਹੜੀ ਆ ਉਹ ਬਿਜਲੀ ਤੋਂ ਇਸ ਟਾਈਮ ਜਿਹੜੇ ਬਗੈਰ ਹੈਗੇ ਨੇ। ਡੈਲਟਾ ਏਅਰਲਾਈਨਸ ਦਾ ਜਿਹੜਾ ਪਲੇਨ ਆ ਉਹ ਫ੍ਰੀਵੇ, ਮਾਫੀ ਚਾਹੁੰਦਾ, ਜਿਹੜਾ ਏਅਰਪੋਰਟ ਦਾ ਰਨਵੇ ਸੀਗਾ ਉਹ ਟੈਕਸੀਵੇ ਸੀਗਾ, ਉਸ ਤੋਂ ਸਕਿੱਡ ਕਰ ਗਿਆ ਸੀਗਾ, ਅਤੇ ਇਹ ਚੀਜ਼ਾਂ ਹੋਈਆਂ। ਅਤੇ ਹਰਜੋਤ ਸਿੰਘ ਜੀ, ਇਹੀ ਨਹੀਂ, ਓਵਰਆਲ ਪੂਰੇ ਇਸ ਵਿੰਟਰ ਸਟੋਰਮ ਦੇ ਚੱਲਦਿਆਂ ਵੱਖ ਵੱਖ ਮੁਲਕ ਦੇ ਵਿੱਚੋਂ ਖਬਰਾਂ ਇਹ ਆ ਰਹੀਆਂ ਨੇ, 7 ਜਣਿਆਂ ਦੀਆਂ ਮੌਤਾਂ ਦੀਆਂ ਖਬਰਾਂ ਵੀ ਇਹ ਆਈਆਂ ਨੇ, ਅਤੇ ਕਈ ਸੌਫਟ ਫਲਾਈਟਾਂ ਜਿਹੜੀਆਂ ਆ ਉਹ ਇਸ ਟਾਈਮ ਕੈਂਸਲ ਕਰ ਦਿੱਤੀਆਂ ਗਈਆਂ ਨੇ। ਹਰ ਸਾਲ ਹਰਜੋਤ ਸਿੰਘ ਜੀ ਇੱਦਾਂ ਦਾ ਜਿਹੜਾ ਵਿੰਟਰ ਸਟੋਰਮ ਆ ਭਿਆਨਕ ਰੂਪ ਅਖਤਿਆਰ ਜਿਹੜਾ ਉਹ ਕਰਦਾ ਜਾ ਰਿਹਾ ਆ, ਇਹ ਸਿਚੁਏਸ਼ਨ ਹਰ ਸਾਲ ਜਿਹੜੀ ਉਹ ਬੈਡ ਹੁੰਦੀ ਜਾ ਰਹੀ ਆ।
ਜਿਹੜੇ ਕਲਾਈਮੇਟ ਚੇਂਜ ਦੇ ਬਾਰੇ ਗੱਲ ਕੀਤੀ ਜਾਂਦੀ ਹੈ ਵੀ ਗਰਮੀ ਵੀ ਫਿਰ ਅੱਤਦੀ ਅਤੇ ਠੰਡ ਵੀ ਫਿਰ ਅੱਤਦੀ ਜਿਹੜੀ ਆ ਉਹ ਦੋਨੋਂ ਪਾਸਿਓਂ ਜਿਹੜੀ ਉਹ ਦੇਖੀ ਜਾ ਰਹੀ ਆ। ਸੋ ਉੱਦਾਂ ਦੇ ਹੀ ਹਾਲਾਤ ਜਿਹੜੇ ਆਪਾਂ ਦੇਖ ਰਹੇ ਹਾਂ। ਸੋ ਜਿਹੜਾ ਕੈਲੀਫੋਰਨੀਆ ਵਾਲੇ ਪਾਸਿਓਂ ਐਟਮੋਸਫੇਰਿਕ ਰਿਵਰ ਜਿਹੜੀ ਆ ਉਹ ਲੰਘ ਰਹੀ ਹੈ, ਜਿਹਨੂੰ ਕਹਿ ਸਕਦੇ ਹਾਂ ਵੀ ਹੁਣ ਬੱਦਲ ਜਿਹੜੇ ਆ ਉਹ ਬਸ ਇੱਕ ਦਰਿਆ ਬਣ ਕੇ ਹੀ ਜਿਹੜਾ ਉਹ ਵਹਿੰਦਾ ਜਾ ਰਹੇ ਆ, ਅਤੇ ਆਉਣ ਵਾਲੇ ਕਈ ਦਿਨਾਂ ਤੱਕ ਇੱਦਾਂ ਹੀ ਜਿਹੜੀ ਆ ਉਹ ਮੀਂਹ ਕਣੀ ਬਰਫ਼ਬਾਰੀ ਜਿਹੜੀ ਆ ਉਹ ਹੁੰਦੀ ਰਹੇਗੀ। ਟਰੈਵਲ ਇਹੋ ਜਿਹੇ ਮੌਕੇ ਦੇ ਉੱਤੇ ਬਹੁਤ ਇਤਿਆਤ ਦੇ ਨਾਲ, ਧਿਆਨ ਦੇ ਨਾਲ ਜਿਹੜਾ ਉਹ ਤੁਹਾਨੂੰ ਕਰਨ ਦੇ ਲਈ ਅਸੀਂ ਬੇਨਤੀ ਕਰਦੇ ਹਾਂ, ਅਪੀਲ ਕਰਦੇ ਹਾਂ। ਲੇਟ ਵੀ ਜੇ ਹੋ ਰਹੇ ਹੋ ਭਾਈ ਲੇਟ ਠੀਕ ਆ, ਲੇਟ ਹੋ ਜਾਓ ਐਕਸੀਡੈਂਟ ਦੇ ਵਿੱਚ ਨਾ ਜਿਹੜਾ ਉਹ ਹੋ ਜਾਇਓ, ਵੈਸੇ ਟਰਾਈ ਕਰੋ ਥੋੜ੍ਹਾ ਬੰਦਾ ਜਲਦੀ ਜਿਹੜਾ ਤੁਰ ਲਵੇ, ਪਰ ਜੇ ਮੰਨ ਲਓ ਬਾਏ ਚਾਂਸ ਫਿਰ ਵੀ ਨਹੀਂ ਤੁਰਿਆ ਜਾ ਰਿਹਾ ਜਲਦੀ, ਲੇਟ ਉਹ ਟਾਈਮ ਕਵਰ ਕਰਨ ਦੇ ਲਈ ਤੇਜ਼ ਗੱਡੀ ਜਿਹੜੀ ਉਹ ਨਾ ਚਲਾਓ। ਹਾਈਡਰੋਪਲੇਨਿੰਗ ਬਹੁਤ ਵੱਡਾ ਜਿਹੜਾ ਇਸ ਟਾਈਮ ਰਿਸਕ ਆ, ਹਾਈਡਰੋਪਲੇਨਿੰਗ ਮੈਂ ਫਿਰ ਇੱਕ ਵਾਰੀ ਆਪਣੇ ਸਰੋਤਿਆਂ ਨੂੰ ਆਪਾਂ ਦੱਸਦੇ ਜਾਈਏ, ਜਿੱਥੇ ਮੰਨ ਲਓ ਰੋਡ ਦੇ ਉੱਤੇ ਸਟਰੀਟ ਦੇ ਉੱਤੇ ਪਾਣੀ ਖੜ੍ਹਾ ਆ, ਜਦੋਂ ਗੱਡੀ ਤੁਸੀਂ ਉਸ ਦੇ ਉੱਤੋਂ ਤੇਜ਼ ਟਾਇਰ ਨੇ ਉੱਤੋਂ ਲੰਘਣਾ ਆ, ਉਸਦੀ ਪਕੜ ਜਿਹੜੀ ਨਹੀਂ ਬਣਨੀ, ਪਾਣੀ ਦੇ ਉੱਤੇ ਜਿਹੜਾ ਆ ਟਾਇਰ ਨੇ ਘੁੰਮ ਕੇ ਸਕਿੱਡ ਕਰਨਾ ਆ, ਅਤੇ ਉਹ ਫਿਰ ਜਿਹੜਾ ਤੁਹਾਡੀ ਗੱਡੀ ਆ ਉਹ ਆਊਟ ਆਫ ਕੰਟਰੋਲ ਆ, ਔਨਗੋਇੰਗ ਟ੍ਰੈਫਿਕ ਦੇ ਵਿੱਚ ਜਾ ਸਕਦੀ ਆ, ਸਾਈਡ 'ਤੇ ਸ਼ੋਲਡਰ ਦੇ ਵਿੱਚ ਵੱਜ ਸਕਦੀ ਆ, ਹੋਰ ਗੱਡੀਆਂ ਦੇ ਵਿੱਚ ਵੱਜ ਸਕਦੀ ਆ, ਭਾਰੀ ਨੁਕਸਾਨ ਜਿਹੜਾ ਆ ਉਸ ਦੇ ਨਾਲ ਨਾਲ ਅਤੇ ਉਹ ਹੋ ਸਕਦਾ, ਅਤੇ ਨਾਲ ਜਿਹੜਾ ਜਾਨ ਨੂੰ ਖਤਰਾ ਵੀ ਜਿਹੜਾ ਆ ਤੁਹਾਡਾ ਅਤੇ ਹੋਰ ਜਿਹੜੀ ਟ੍ਰੈਫਿਕ ਦੇ ਵਿੱਚ ਆ ਰਹੇ ਲੋਕ ਉਹਨਾਂ ਦਾ ਬਣ ਸਕਦਾ ਆ। ਸੋ ਇਤਿਹਾਸ ਦੇ ਨਾਲ ਧਿਆਨ ਦੇ ਨਾਲ ਜਿਹੜੀ ਗੱਡੀ ਆ ਉਹ ਤੁਸੀਂ ਚਲਾਓ ਜੀ। ਜੀ ਉਹਦੇ ਨਾਲ ਐਕਸੀਡੈਂਟ ਬਹੁਤ ਜ਼ਿਆਦਾ ਹੁੰਦੇ ਆ, ਕੱਲ੍ਹ ਵੀ ਹੋਏ ਹੈਗੇ, ਸੋ ਪਲੀਜ਼ ਧਿਆਨ ਰੱਖੋ ਜਦੋਂ ਜਾਂਦੇ ਆ, ਬੜੀ ਸਲੋਅ ਜਾਓ ਕਿਉਂਕਿ ਕਈ ਜਗ੍ਹਾ ਜਿਹੜੀ ਥੋੜ੍ਹਾ ਨੀਵਾਂ ਹੁੰਦਾ ਆ, ਲੋਅ ਲੈਵਲ ਹੁੰਦਾ, ਉੱਥੇ ਪਾਣੀ ਇਕੱਠਾ ਹੋਇਆ ਹੁੰਦਾ, ਅਤੇ ਜਿਸ ਤਰ੍ਹਾਂ ਰਾਜਕਨਵੀਰ ਸਿੰਘ ਉਹਨਾਂ ਨੇ ਦੱਸਿਆ ਤੁਹਾਡੀ ਕਾਰ ਜਿਹੜੀ ਆ ਸਕਿੱਡ ਕਰ ਸਕਦੀ ਆ। ਸੋ ਜੇ ਨੌਰਥ ਈਸਟ ਦੀ ਗੱਲ ਕਰਦੇ ਜਾਈਏ, ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਉੱਥੇ ਬੌਮ ਸਾਈਕਲੋਨ ਸਟੋਰਮ ਆ ਰਿਹਾ ਹੈਗਾ ਆ, 50 ਮਿਲੀਅਨ ਲੋਕ ਜਿਹੜੇ ਆ ਇਹਦੇ ਅਸਰ ਦੇ ਹੇਠ ਆਉਣਗੇ। ਨੌਰਥ ਈਸਟਰਨ ਪੈਂਸਲਵੇਨੀਆ ਤੋਂ ਸੈਂਟਰਲ ਮੈਸਾਚੂਸੈਟਸ ਅਤੇ ਸਦਰਨ ਨਿਊ ਹੈਂਪਸ਼ਾਇਰ ਤੋਂ ਜਿਹੜਾ ਉਹ ਸਾਰਾ ਏਰੀਆ ਜਿਹੜਾ ਆ ਅਫੈਕਟ ਕਰੂਗਾ। ਕਹਿੰਦੇ ਪਈ ਬਰਮਾਉਂਟ ਅਤੇ ਨਿਊ ਹੈਂਪਸ਼ਾਇਰ ਦੇ ਜਿਹੜੇ ਪਹਾੜੀਆਂ ਆ ਉਹਨਾਂ 'ਚ 30 ਇੰਚ ਤੱਕ ਜਿਹੜੀ ਸਨੋਅ ਪੈ ਸਕਦੀ ਹੈਗੀ ਆ। ਸੋ ਠੰਡ ਵੀ ਬੜੀ ਆ, ਸਨੋਅ ਬਹੁਤ ਸਾਰੇ ਏਰੀਆ 'ਚ ਪਈ ਆ, ਇੱਧਰ ਸਿਆਰਾ ਵੱਲ ਵੀ ਬਹੁਤ ਜ਼ਿਆਦਾ ਸਨੋਅ ਪਈ ਆ, ਜਿੰਨੀਆਂ ਸਿਆਰਿਆਂ ਦੀਆਂ ਸਿਆਰਾ ਫੁੱਟਹਿਲਸ ਹੈਗੀਆਂ ਉਹਨਾਂ 'ਤੇ ਤੁਸੀਂ ਸਨੋਅ ਆਮ ਦੇਖ ਸਕਦੇ ਹਾਂ ਜੀ। ਸਿਆਰਾ ਨਵਾਡਾ ਦੀਆਂ ਜਿਹੜੀਆਂ ਮੇਨ ਪਹਾੜੀਆਂ ਨੇ, ਟਾਹੋ ਵਾਲੇ ਪਾਸੇ, ਰੀਨੋ ਵਾਲੇ ਪਾਸੇ, ਟਰੱਕੀ ਟਰੱਕਰਸ ਵੀ ਜਿਹੜੇ ਆ ਕਾਫੀ ਜਿਹੜਾ ਧਿਆਨ ਦੇ ਨਾਲ ਜਿਹੜਾ ਉਹ ਚੱਲਣ, ਅਤੇ ਬਾਕੀ ਸਾਰਿਆਂ ਨੂੰ ਜਿਹੜੀ ਭਾਈ ਬੇਨਤੀ ਹੋਈ ਅਪੀਲ ਹੀ ਆ, ਮੰਨਣਾ ਨਹੀਂ ਮੰਨਣਾ ਤੁਹਾਡੇ ਹਿੱਸੇ ਆ, ਪਰ ਮੰਨਾਂਗੇ ਤਾਂ ਚੰਗੇ ਰਹਾਂਗੇ ਸਾਰੇ ਜਣੇ ਇਤਿਹਾਸ ਦੇ ਨਾਲ ਜਿਹੜਾ ਉੱਥੇ ਚੱਲਣਗੇ। ਮੌਸਮ ਦੇ ਅੱਗੇ ਫਿਜਿਕਸ ਦੇ ਅੱਗੇ ਜ਼ੋਰ ਨਹੀਂ ਕਿਸੇ ਦਾ ਨਹੀਂ ਚੱਲਦਾ। ਵੱਡੇ ਵੱਡੇ ਟਰੱਕ ਉਲਟਦੇ ਆਪਾਂ ਦੇਖਿਆ, ਛੋਟੀਆਂ ਛੋਟੀਆਂ ਗੱਡੀਆਂ ਤਾਂ ਕੀ ਚੀਜ਼ਾਂ ਆ ਉਹਨਾਂ ਦੇ ਉਹ ਸਾਹਮਣੇ। ਸੋ ਜਦੋਂ ਵੀ ਕਿਤੇ ਤੁਸੀਂ ਟਰੈਵਲ ਕਰ ਰਹੇ ਹੋ, ਖਾਸ ਕਰਕੇ ਇਹੋ ਜਿਹੀ ਥਾਂ ਦੇ ਉੱਤੇ, ਆਪਣੀ ਤਿਆਰੀ ਜਿਹੜੀ ਆ ਉਹ ਪੂਰੀ ਕਰਕੇ ਹੀ ਜਿਹੜਾ ਉਹ ਤੁਰੋ, ਅਦਰਵਾਈਜ਼ ਰਸਤੇ ਦੇ ਵਿੱਚ ਕੁਛ ਐਵੇਂ ਜਿਹੜਾ ਕੋਈ ਪ੍ਰੋਬਲਮ ਨਾ ਆ ਜਾਵੇ, ਇਸ ਤੋਂ ਬਚਾਅ ਦੇ ਵਿੱਚ ਹੀ ਜਿਹੜਾ ਉਹ ਬਚਾਅ ਹੈਗਾ ਆ ਜੀ। ਅਤੇ ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਆਪਾਂ ਖਬਰਾਂ ਉਸ ਦੇ ਉੱਤੇ ਨਜ਼ਰ ਮਾਰਦੇ ਹਾਂ, ਸੁਪਰੀਮ ਕੋਰਟ ਜਿਹੜਾ ਆ ਉਹ ਕਹਿੰਦੇ ਆ ਵੀ ਪਿਛਲੇ 10 ਸਾਲਾਂ ਦੇ ਵਿੱਚ ਹੁਣ ਪਹਿਲੀ ਵਾਰੀ ਜਿਹੜਾ ਆ ਗਨ ਰਾਈਟਸ ਨੂੰ ਲੈ ਕੇ ਜਿਹੜੀ ਕੇਸ ਦੀ ਸੁਣਵਾਈ ਆ ਉਹ ਕਰਨ ਜਾ ਰਹੇ ਹੈਗੇ ਨੇ। ਗਨਜ਼ ਕਿੱਦਾਂ, ਕੌਣ ਰੈਗੂਲੇਟ ਜਿਹੜਾ ਉਹਨਾਂ ਨੂੰ ਕਰੇ, ਕਿ ਜਿਹੜਾ ਸੈਕਿੰਡ ਅਮੈਂਡਮੈਂਟ ਹੈਗਾ ਆ ਅਮੈਰੀਕਾ ਦੇ ਵਿੱਚ ਰਾਈਟ ਟੂ ਬੇਅਰ ਆਰਮਸ, ਉਸ ਦੇ ਉੱਤੇ ਕਈ ਤਰੀਕਿਆਂ ਦੇ ਵੱਖ ਵੱਖ ਲੋਕਾਂ ਦੇ ਜਿਹੜੀਆਂ ਵਿਚਾਰਧਾਰਾਵਾਂ ਜਿਹੜੀਆਂ ਹੈਗੀਆਂ ਨੇ, ਕੋਈ ਉਸ ਦੇ ਕੱਟੜ ਹੱਕ ਦੇ ਵਿੱਚ ਨੇ, ਕਈ ਉਸ ਦੇ ਜਿਹੜੇ ਕੱਟੜ ਉਸ ਦੇ ਵਿਰੋਧੀ ਹੈਗੇ ਨੇ। ਵੱਖ ਵੱਖ ਸਟੇਟਸ ਨੇ ਆਪਣੇ ਆਪਣੇ ਪੱਧਰ ਦੇ ਉੱਤੇ ਜਿਹੜੇ ਆ ਇਸ ਦੇ ਵਿੱਚ ਲਾਜ਼ ਜਿਹੜੇ ਆ ਉਹ ਬਣਾਏ ਹੋਏ ਨੇ। ਸੋ ਇਹ ਹੁਣ ਦੇਖਣ ਵਾਲੀ ਗੱਲ ਜਿਹੜੀ ਆ ਹਰਜੋਤ ਸਿੰਘ ਜੀ ਰਹੇਗੀ, ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸੁਪਰੀਮ ਕੋਰਟ ਆ ਜਿਹੜਾ NRA ਦੇ ਦੁਆਰਾ ਜਿਹੜਾ ਖਾਸ ਕਰਕੇ ਇਹ ਕਾਨੂੰਨ ਲਿਆਂਦਾ ਗਿਆ ਇਹੀ ਸੈਕਿੰਡ ਅਮੈਂਡਮੈਂਟ ਦੇ ਉੱਤੇ ਹੀ, ਵੀ ਜਿਹੜੇ ਸਟੇਟ ਲੈਜਿਸਲੇਚਰਸ ਵੱਖ ਵੱਖ ਹੈਗੇ ਆ ਉਹ ਇਸ ਦੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਅੜਚਨ ਜਿਹੜੀ ਉਹ ਪਾਉਂਦੇ ਆ ਉਸ ਦੇ ਵਿਰੋਧ ਦੇ ਵਿੱਚ ਇਹਨਾਂ ਨੇ ਜਿਹੜਾ ਲਾਸੂਟ ਜਿਹੜਾ ਉਹ ਲਿਆਂਦਾ ਆ। ਸੋ ਦੇਖਦੇ ਹਾਂ ਸੁਪਰੀਮ ਕੋਰਟ ਇਸ ਦੇ ਵਿੱਚ ਕੀ ਨਿਤਾਰਾ ਜਿਹੜਾ ਉਹ ਕਰਦੀ ਆ। ਉੱਧਰ ਇਹ ਵੀ ਜਿਹੜੀ ਹਰਜੋਤ ਸਿੰਘ ਜੀ ਖਬਰ ਆ ਰਹੀ ਆ ਵੀ ਜਿਹੜੇ ਜਸਟਿਸ ਐਂਥਨੀ ਕੈਨੇਡੀ ਆ ਉਹ ਸ਼ਾਇਦ ਰਿਟਾਇਰ ਜਲਦ ਜਿਹੜੇ ਉਹ ਹੋ ਸਕਦੇ ਨੇ। ਸੋ ਇਹਦੇ ਵਿੱਚ ਇਸ ਟਾਈਮ ਜੇ ਦੇਖਿਆ ਜਾਵੇ, ਜੇ ਇਸ ਦੀ ਆਪਾਂ ਜੇ ਤੁਲਨਾ ਕਰੀਏ ਕੰਜ਼ਰਵੇਟਿਵ ਅਤੇ ਜਿਹੜੇ ਲਿਬਰਲ ਜਸਟਿਸਿਸ ਦੇ ਹਿਸਾਬ ਦੇ ਨਾਲ, ਇਸ ਟਾਈਮ ਜਿਹੜੇ 5 ਕੰਜ਼ਰਵੇਟਿਵ ਜਿਹੜੇ ਜਸਟਿਸਿਸ ਹੈਗੇ ਨੇ ਸੁਪਰੀਮ ਕੋਰਟ ਦੇ ਉੱਤੇ, ਜਿਹੜੇ ਕਿ ਸੈਕਿੰਡ ਅਮੈਂਡਮੈਂਟ ਦੇ ਹੱਕ ਦੇ ਵਿੱਚ ਭੁਗਤਣ ਦੇ ਜਿਨ੍ਹਾਂ ਦੇ
ਜਿਹੜੇ ਕਹਿ ਲਓ ਵੀ ਕਿਆਸ ਰਹੀਆਂ ਹੋ ਸਕਦੀਆਂ, ਕਿਉਂਕਿ ਉਹਨਾਂ ਦੀ ਵਿਚਾਰਧਾਰਾ ਉਸ ਪਾਸੇ ਵੱਲ ਨੂੰ ਥੋੜ੍ਹੀ ਜਿਹੜੀ ਝੁਕਦੀ ਆ। ਸੋ ਦੇਖਦੇ ਹਾਂ ਹਰਜੋਤ ਸਿੰਘ ਜੀ ਵੀ ਹੁਣ ਕੀ ਬਣਦਾ। 2008 ਦੇ ਵਿੱਚ ਅਦਾਲਤ ਨੇ ਇਹ ਪਹਿਲੀ ਵਾਰੀ ਜਿਹੜਾ ਉਹ ਦੱਸਿਆ ਸੀਗਾ ਵੀ ਜਿਹੜਾ ਸੈਕਿੰਡ ਅਮੈਂਡਮੈਂਟ ਰਾਈਟ ਟੂ ਬੇਅਰ ਆਰਮਸ ਆ ਉਹ ਹਰ ਇੱਕ ਦਾ ਨਿੱਜੀ ਰਾਈਟ ਹੈਗਾ ਆ, ਨਿੱਜੀ ਹੱਕ ਜਿਹੜਾ ਉਹ ਹੈਗਾ ਆ। ਸੋ 2 ਸਾਲ ਬਾਅਦ ਜਿਹੜਾ ਅਦਾਲਤ ਨੇ ਆਖਿਆ ਸੀਗਾ ਵੀ ਇਹ ਜਿਹੜਾ ਹੱਕ ਆ ਇਹ ਸਟੇਟ ਲਾਜ਼ ਦੇ ਉੱਤੇ ਵੀ ਅਪਲਾਈ ਹੁੰਦਾ ਆ, ਇਹ ਇਕੱਲਾ ਫੈਡਰਲ ਲਾ ਜਿਹੜਾ ਰੈਗੂਲੇਟ ਕਰਦਾ ਹੈ ਗਨ ਓਨਰਸ਼ਿਪ ਤੱਕ ਹੀ ਜਿਹੜਾ ਉਹ ਸੀਮਤ ਨਹੀਂ ਹੈਗਾ। ਅਤੇ ਉਸ ਤੋਂ ਬਾਅਦ ਦੇ ਵਿੱਚ ਜਸਟਿਸਿਸ ਦੇ ਦੁਆਰਾ ਜਾਂ ਸੁਪਰੀਮ ਕੋਰਟ ਦੇ ਦੁਆਰਾ ਇਸ ਪੂਰੇ ਮਾਮਲੇ ਦੇ ਵਿੱਚ ਜਿਹੜੀ ਆ ਚੁੱਪੀ ਆ ਉਹੀ ਰਹੀ ਆ। ਕਈ ਤਰ੍ਹਾਂ ਦੇ ਵੱਖ ਵੱਖ ਚੈਲੰਜਸ ਉਹਨਾਂ ਦੇ ਸਾਹਮਣੇ ਜਿਹੜੇ ਆ ਉਹ ਇੱਕ ਤੋਂ ਬਾਅਦ ਜਿਹੜੇ ਉਹ ਆਉਂਦੇ ਰਹੇ, ਪਰ ਉਹਨਾਂ ਨੇ ਇਸ ਦੇ ਉੱਤੇ ਜਿਹੜੀ ਕਿਸੇ ਤਰੀਕੇ ਦੀ ਸੁਣਵਾਈ ਜਿਹੜੀ ਉਹ ਨਹੀਂ ਕੀਤੀ। ਅਤੇ ਹੁਣ ਜਿਹੜੇ ਸੁਪਰੀਮ ਕੋਰਟ ਆ ਇਹ ਰਾਈਟ ਟੂ ਬੇਅਰ ਆਰਮਸ ਜਿਹੜੇ ਹਥਿਆਰਾਂ ਨੂੰ ਲੈ ਕੇ ਕਿਸ ਦਾ ਹੱਕ ਬਣਦਾ ਆ, ਕੌਣ ਇਸ ਨੂੰ ਰੈਗੂਲੇਟ ਕਰ ਸਕਦਾ, ਕਿਵੇਂ ਜਿਹੜਾ ਰੈਗੂਲੇਸ਼ਨ ਕੋਈ ਲਿਆ ਸਕਦਾ, ਸਟੇਟ ਦਾ ਹੱਕ ਜਿਹੜਾ ਇਸ ਦੇ ਉੱਤੇ ਆਪਣਾ ਰੂਲ ਬਣਾਉਣ ਦਾ ਉਹ ਬਣੇਗਾ ਨਹੀਂ ਬਣੇਗਾ, ਉਸ ਦੇ ਉੱਤੇ ਜਿਹੜੀ ਆ ਸੁਣਵਾਈ ਉਹ ਹੋਵੇਗੀ। ਸੋ ਲੈਟਸ ਸੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਸ ਦੇ ਵਿੱਚ ਕੀ ਫੈਸਲਾ ਉਹ ਆਉਂਦਾ ਹੈਗਾ ਜੀ। ਅਗਲੀ ਖਬਰ ਵੱਲ ਚੱਲੀਏ। ਜਿਹੜੀ ਵਾਈਟ ਹਾਊਸ ਨੇ ਜਿਹੜਾ ਆ ਇੱਕ ਲੈਟਰ ਇਸ਼ੂ ਕੀਤਾ ਹੈਗਾ ਹਾਊਸ ਜੁਡੀਸ਼ਰੀ ਜਿਹੜੀ ਕਮੇਟੀ ਹੈਗੀ ਆ, ਕਿਉਂਕਿ ਇੰਪੀਚਮੈਂਟ ਹੀਅਰਿੰਗ ਉਹਨਾਂ ਨੇ ਸੈਟਅਪ ਕੀਤੀ ਆ ਵੀ ਬੁੱਧਵਾਰ ਤੋਂ ਕਰਨੀ ਆ। ਉਹਨਾਂ ਨੇ ਇਸ ਲੈਟਰ ਦੇ ਵਿੱਚ ਕਿਹਾ ਵੀ ਅਸੀਂ ਕਿਸੇ ਵੀ ਤਰ੍ਹਾਂ ਦੀ ਜਿਹੜੀ ਆ ਇੰਪੀਚਮੈਂਟ ਦੀ ਜਿਹੜੀ ਹੀਅਰਿੰਗ ਆ ਉਹਦੇ 'ਚ ਪਾਰਟੀਸਪੇਟ ਨਹੀਂ ਕਰਨਾ, ਕਿਉਂਕਿ ਜਿਹੜੇ ਪ੍ਰੈਜੀਡੈਂਟ ਡੋਨਲਡ ਟਰੰਪ ਆ ਉਹ ਨੈਟੋ ਦੀ ਜਿਹੜੀ ਮੀਟਿੰਗ ਹੋਣ ਜਾ ਰਹੀ ਆ ਲੰਡਨ ਦੇ ਵਿੱਚ ਉਹਨੂੰ ਅਟੈਂਡ ਕਰਨ ਜਾ ਰਹੇ ਆ, ਅਤੇ ਇਹ ਜਾਣ ਬੁੱਝ ਕੇ ਪਈ ਸੇਮ ਹਫ਼ਤੇ ਜਿਹੜੀ ਆ ਉਹ ਇੰਪੀਚਮੈਂਟ ਹੀਅਰਿੰਗ ਰੱਖੀ ਗਈ ਹੈਗੀ ਆ। ਜੀ ਬਿਲਕੁਲ, ਇਹ ਵੈਸੇ ਤਾਂ ਇੰਪੀਚਮੈਂਟ ਇਨਕੁਆਇਰੀ ਕਰਦੀ ਜਿਹੜੀ ਉਹ ਚੱਲ ਰਹੀ ਹੈਗੀ ਆ, ਅਤੇ ਇਹ ਜਿਹੜੀ ਜੁਡੀਸ਼ਰੀ ਕਮੇਟੀ ਇਹਨਾਂ ਨੇ ਆਉਂਦੇ ਜਿਹੜੇ ਇਸ ਬੁੱਧਵਾਰ ਤੋਂ ਪਰਸੋਂ ਤੋਂ ਇਹ ਜਿਹੜਾ ਕੰਮ ਆ ਇਹਨਾਂ ਨੇ ਸ਼ੁਰੂ ਜਿਹੜਾ ਉਹ ਕਰਨਾ ਸੀਗਾ। ਸੋ ਰਾਸ਼ਟਰਪਤੀ ਟਰੰਪ ਨੇ ਰਵਾਨਾ ਹੋਣ ਦੇ ਤੋਂ ਪਹਿਲਾਂ ਜਿਹੜੇ ਆ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਆਖਿਆ ਵੀ ਇਹ ਟੋਟਲੀ ਹੋਕਸ ਹੈਗਾ ਆ, ਕਹਿੰਦੇ ਵੀ ਜੋ ਇਸ ਟਾਈਮ ਮੁਲਕ ਦੇ ਵਿੱਚ ਇਹ ਡੈਮੋਕ੍ਰੇਟਸ ਦੇ ਦੁਆਰਾ ਕੀਤਾ ਜਾ ਰਿਹਾ ਬੜਾ ਸ਼ਰਮਨਾਕ ਜਿਹੜਾ ਇਕਾਰਾ ਹੈਗਾ, ਇਹਨਾਂ ਨੂੰ ਇਹ ਸਾਰਾ ਕੁਛ ਜਿਹੜਾ ਉਹ ਨਹੀਂ ਕਰਨਾ ਚਾਹੀਦਾ। ਉਹਨਾਂ ਨੇ ਕਿਹਾ ਵੀ ਉਹਨਾਂ ਨੂੰ ਜਿਹੜੇ ਰਾਸ਼ਟਰਪਤੀ ਹੈਗੇ ਨੇ ਯੂਕਰੇਨ ਦੇ ਉਹਨਾਂ ਦੀ ਗੱਲ ਜਿਹੜੀ ਉਹ ਸੁਣਨੀ ਚਾਹੀਦੀ ਆ। ਉਹਨਾਂ ਨੇ ਇਹ ਆਖਿਆ ਆ ਵੀ ਕੁਇਡ ਪ੍ਰੋ ਕੋ ਜਿਹੜਾ ਇਸ ਦੇ ਵਿੱਚ ਕਿਸੇ ਤਰੀਕੇ ਦਾ ਉਹ ਨਹੀਂ ਸੀਗਾ। ਸੋ ਇਹ ਹੁਣ ਦੇਖਦੇ ਹਾਂ ਵੀ ਡੈਮੋਕ੍ਰੇਟਸ ਨੂੰ ਵੀ ਕਾਹਲੀ ਜਿਹੜੀ ਪਈ ਹੈ, ਕਹਿੰਦੇ ਵੀ ਜਿੰਨਾ ਲੰਮਾ ਸਮਾਂ ਇਹ ਖਿੱਚਦਾ ਜਾਊਗਾ ਸਪੋਰਟ ਹੌਲੀ ਹੌਲੀ ਜਿਹੜੀ ਕਹਿੰਦੇ ਵੀ ਉਹਨਾਂ ਦੀ ਖੁਰਦੀ ਜਾਊਗੀ, ਅਤੇ ਉਹ ਇਸ ਚੀਜ਼ ਦੇ ਲਈ ਜਲਦੀ ਜਲਦੀ ਚਾਹੁੰਦੇ ਆ ਵੀ ਇਸ ਵਿੰਟਰ ਸੈਸ਼ਨ ਦੇ ਦੌਰਾਨ ਇੰਪੀਚਮੈਂਟ ਇਨਕੁਆਇਰੀ ਦਾ ਜਿਹੜਾ ਨਿਬੇੜਾ ਆ ਉਹ ਕਰ ਦਿੱਤਾ ਜਾਵੇ, ਅਤੇ 2020 ਦੀਆਂ ਫਿਰ ਬਾਅਦ ਦੇ ਵਿੱਚ, ਕਿਉਂਕਿ ਇਹ ਵੀ ਦੌੜ ਕੋਈ ਛੋਟੀ ਤਾਂ ਹੈ ਨਹੀਂ ਆ, ਇੱਕ ਪਾਸੇ ਇੰਪੀਚਮੈਂਟ ਇਨਕੁਆਇਰੀ ਆ, ਉਹ ਤੋਂ ਬਾਅਦ ਦੇ ਵਿੱਚ 2020 ਦੀਆਂ ਜਿਹੜੀਆਂ ਨਾਲ ਦੇ ਨਾਲ ਪ੍ਰੈਜੀਡੈਂਸ਼ੀਅਲ ਇਲੈਕਸ਼ਨਸ ਜਿਹੜੀਆਂ ਉਹ ਆ ਰਹੀਆਂ ਆ। ਸੋ ਕਾਫੀ ਜਿਹੜਾ ਹਰਜੋਤ ਸਿੰਘ ਜੀ ਇਹ ਦੇਖਣ ਵਾਲੀ ਗੱਲ ਰਹੇਗੀ ਵੀ ਹਾਊਸ ਦੇ ਵਿੱਚ ਵੈਸੇ ਤਾਂ ਡੈਮੋਕ੍ਰੇਟਸ ਦੀ ਮੈਜੋਰਟੀ ਉੱਥੇ ਹੈਗੀ ਆ, ਵੀ ਉੱਥੇ ਕਿੰਨੀ ਕੁ ਮੈਜੋਰਟੀ ਦੇ ਨਾਲ ਜਿਹੜਾ ਉਹ ਜੇ ਉਹ ਪਾਸ ਹੁੰਦਾ ਇੰਪੀਚਮੈਂਟ ਦੇ ਆਰਟੀਕਲ, ਜਾਂ ਕਿਹੜੇ ਕੋਈ ਡੈਮੋਕ੍ਰੇਟ ਉਸ ਦੇ ਵਿਰੋਧ ਦੇ ਵਿੱਚ ਜਿਹੜਾ ਉਹ ਜਾਂਦੇ ਨੇ ਉਹ ਦੇਖਣ ਵਾਲੀ ਗੱਲ ਰਹੂਗੀ। ਰਿਪਬਲਿਕਨਸ ਨੇ ਹਾਲ ਦੀ ਘੜੀ ਤੱਕ ਤਾਂ ਇਹੀ ਜਿਹੜਾ ਜਿਤਾਇਆ ਆ ਅਤੇ ਇਹੀ ਦੱਸਿਆ ਆ ਵੀ ਉਹ ਰਾਸ਼ਟਰਪਤੀ ਟਰੰਪ ਦੇ ਹੱਕ ਦੇ ਵਿੱਚ ਹੀ ਭੁਗਤਣਗੇ। ਜੀ ਹਾਊਸ ਇੰਟੈਲੀਜੈਂਸ ਕਮੇਟੀ ਜਿਹੜੀ ਹੈਗੀ ਆ ਉਹ ਇਸ ਬੁੱਧਵਾਰ ਨੂੰ ਜਿਹੜੀ ਆ ਇੰਪੀਚਮੈਂਟ ਦੀ ਹੀਅਰਿੰਗ ਉਹ ਸ਼ੁਰੂ ਕਰਨਗੇ, ਪਰ ਉਹਦੇ ਵਿੱਚ ਜਿਹੜੇ ਪ੍ਰੈਜੀਡੈਂਟ ਡੋਨਲਡ ਟਰੰਪ ਦੇ ਲਾਇਰ ਆ ਉਹਨਾਂ ਨੇ ਪਾਰਟੀਸਪੇਟ ਕਰਨ ਤੋਂ ਨਾਂਹ ਕਰ ਦਿੱਤੀ ਹੈਗੀ ਆ। ਅਤੇ ਹਾਊਸ ਇੰਟੈਲੀਜੈਂਸ ਕਮੇਟੀ ਜਿਹੜੀ ਆ ਮੰਗਲਵਾਰ ਨੂੰ ਜਿਹੜੀ ਆ ਆਪਸ ਵਿੱਚ ਮੀਟਿੰਗ ਕਰੂਗੀ ਤਾਂ ਕਿ ਯੂਕਰੇਨ ਵਾਲੀ ਜਿਹੜੀ ਰਿਪੋਰਟ ਆ ਉਹਨੂੰ ਰਿਲੀਜ਼ ਕੀਤਾ ਜਾ ਸਕੇ। ਨਹੀਂ ਜਿੱਦਾਂ ਹਰਜੋਤ ਸਿੰਘ ਜੀ ਤੁਸੀਂ ਦੱਸ ਰਹੇ ਹਾਂ ਵੀ ਨਾਟੋ ਦੀ ਜਿਹੜੀ ਮੀਟਿੰਗ ਆ ਉਹ ਹੋਣੀ ਆ, 70ਵੀਂ ਐਨੀਵਰਸਰੀ ਕਹਿੰਦੇ ਆ ਇਸ ਦੀ ਨਾਟੋ ਦੇ ਅਲਾਇੰਸ ਦੀ, ਮਿਲਟਰੀ ਅਲਾਇੰਸ ਜਿਹੜਾ ਬਣਾਇਆ ਆ ਉਸ ਦੀ ਜਿਹੜੀ ਉਹ ਮਨਾਈ ਜਾਵੇਗੀ ਲੰਡਨ ਦੇ ਵਿੱਚ ਇਹ ਸਮਿਟ ਜਿੱਦਾਂ ਆਪਾਂ ਦੱਸਿਆ ਵੀ ਹੋਣ ਜਾ ਰਹੀ ਆ। 3 ਅਤੇ 4 ਦਸੰਬਰ ਨੂੰ ਜਿਹੜੇ ਆ ਉਹ ਕਹਿੰਦੇ ਨਾਟੋ ਦੇ ਜਨਰਲ ਸੈਕਟਰੀ ਜਿਹੜੇ ਹੈਗੇ ਨੇ ਜੈਨਸ ਸਟੋਲਨਬਰਗ, ਉਹ ਬਾਕੀ ਆਏ ਜਿੰਨੇ ਵੀ ਮੈਂਬਰਸ ਹੈਗੇ ਨੇ ਉਹਨਾਂ ਨੂੰ ਉਹ ਮੌਕਾ ਦੇਣਗੇ ਵੀ ਉਹ ਇਸ ਨਾਟੋ ਦੀ ਸਮਿਟ ਆ ਉਹਨਾਂ ਦੇ ਵਿੱਚ ਜਿਹੜਾ ਆਪਣਾ ਭਾਸ਼ਣ ਆ ਉਹ ਦੇਣ, ਅਤੇ ਕੀ ਇਸ ਟਾਈਮ ਮੌਜੂਦਾ ਨਵੇਂ ਸਿਕਿਉਰਿਟੀ ਚੈਲੇਂਜਸ ਜਿਹੜੇ ਉਹ ਕੀ ਹੈਗੇ ਨੇ ਉਸ ਦੇ ਬਾਰੇ ਜਿਹੜੀ ਆ ਉਹ ਇੱਕ ਦੂਜੇ ਦੇ ਨਾਲ ਗੱਲਬਾਤ ਜਿਹੜੀ ਉਹ ਕਰਨ। ਕਹਿੰਦੇ ਇਸ ਵਾਰ ਨਾਟੋ ਦੇ ਵਿੱਚ ਇਕੱਲਾ ਰਸ਼ੀਆ ਹੀ ਮੇਨ ਪ੍ਰੈਸਿੰਗ ਇਸ਼ੂ ਜਿਹੜਾ ਆ ਉਹ ਨਹੀਂ ਹੋਵੇਗਾ,
ਕਹਿੰਦੇ ਨਾਟੋ ਵਾਲਿਆਂ ਨੂੰ ਇਹ ਵੀ ਖਦਸ਼ਾ ਜਿਹੜਾ ਹੈਗਾ ਰਾਸ਼ਟਰਪਤੀ ਟਰੰਪ ਨੇ ਉੱਥੇ ਜਾਣਾ ਆ ਅਤੇ ਜਾ ਕੇ ਫਿਰ ਉੱਥੇ ਪੈਸਿਆਂ ਦੀ ਡਾਲਰਾਂ ਦੀ ਜਿਹੜੀ ਆ ਉੱਥੇ ਗੱਲ ਕਰਨੀ ਆ ਸੋ ਇੱਦਾਂ ਹੋ ਸਕਦਾ ਇਸ ਵਾਰ ਵੀ ਨਾਟੋ ਦੀ ਮੀਟਿੰਗ ਦੇ ਵਿੱਚ ਸਿਕਿਉਰਿਟੀ ਚੈਲੰਜਸ ਦੇ ਉੱਤੇ ਘੱਟ ਅਤੇ ਕਿੰਨੇ ਕਿੰਨੇ ਡਾਲਰ ਜਿਹੜੇ ਖਰਚਣੇ ਆ ਉਸ ਦੇ ਉੱਤੇ ਜਿਹੜੀ ਚਰਚਾ ਆ ਅਤੇ ਉਹ ਜਿਹੜੀ ਉਹ ਜ਼ਿਆਦਾ ਹੋਵੇ ਸੋ ਦੇਖਦੇ ਹਾਂ ਰਾਸ਼ਟਰਪਤੀ ਟਰੰਪ ਜਦ ਲੰਡਨ UK ਦੇ ਵਿੱਚ ਪਹੁੰਚਦੇ ਨੇ ਇਸ ਮੀਟਿੰਗ ਦੇ ਲਈ ਉੱਥੇ ਜਾ ਕੇ ਕਿੱਦਾਂ ਦੀ ਬਿਆਨਬਾਜ਼ੀ ਰਹਿੰਦੀ ਆ ਅਤੇ ਮੈਨੂੰ ਇਸ ਦੇ ਵਿੱਚ ਕੋਈ ਅਚੰਭੇ ਵਾਲੀ ਗੱਲ ਨਹੀਂ ਹੋਊਗੀ ਵੀ ਉੱਥੇ ਆ ਰਹੀਆਂ ਇਲੈਕਸ਼ਨਸ ਦੇ ਉੱਤੇ ਵੀ ਜਿਹੜੀ ਕੋਈ ਨਾ ਕੋਈ ਉੱਥੇ ਰਾਸ਼ਟਰਪਤੀ ਟਰੰਪ ਜਿਹੜੀ ਉਹ ਬਿਆਨਬਾਜ਼ੀ ਜਿਹੜੀ ਕਰਨ ਬੋਰਿਸ ਜੌਨਸਨ ਦੇ ਹੱਕ ਦੀ ਜਾਂ ਕੋਰਬਾਈਨ ਦੇ ਅਗੇਂਸਟ ਜਿਹੜਾ ਕੋਈ ਨਾ ਕੋਈ ਉੱਥੇ ਜ਼ਰੂਰ ਬਿਆਨ ਦੇ ਕੇ ਆ ਸਕਦੇ ਨੇ ਜੀ। ਅਤੇ ਅਗਲੀ ਹੋਰ ਚੱਲੀਏ ਜਿਹੜੀ ਕਹਿੰਦੇ ਬਲੈਕ ਵੋਟਰਸ ਹੈਗੇ ਆ ਉਹ ਪ੍ਰੈਜੀਡੈਂਟ ਡੋਨਲਡ ਟਰੰਪ ਦੇ ਹੱਕ ਦੇ ਵਿੱਚ ਉਹਨਾਂ ਦਾ ਜਿਹੜਾ ਅਪਰੂਵਲ ਆ ਉਹ ਵੱਧ ਰਿਹਾ ਹੈਗਾ ਆ। ਇੱਕ ਨਵਾਂ ਸਰਵੇ ਆਇਆ ਆ ਉਹਦੇ ਮੁਤਾਬਕ ਐਮਰਸਨ ਪੋਲਸ ਹੈਗੇ ਆ ਜਿਹੜੇ ਇੱਕ ਐਮਰਸਨ ਕਾਲਜ ਤੋਂ ਪੋਲ ਕੀਤਾ ਗਿਆ ਅਤੇ ਦੂਸਰਾ ਰਸਮੁਸਨ ਜਿਹੜਾ ਹੈਗਾ ਉਹਨਾਂ ਦੇ ਮੁਤਾਬਕ ਜਿਹੜੀ ਟਰੰਪ ਦੀ ਸਪੋਰਟ ਆ ਪ੍ਰੈਜੀਡੈਂਟ ਡੋਨਲਡ ਟਰੰਪ ਦੀ ਬਲੈਕ ਵੋਟਰਸ ਵੱਲੋਂ 34% ਦੇ ਕਰੀਬ ਹੈਗੀ ਆ। ਪਹਿਲਾਂ ਕਹਿੰਦੇ ਇਹ 17.8% ਸੀਗੀ। ਸੋ ਬਹੁਤ ਸਾਰੇ ਜਿਹੜੇ ਬਲੈਕ ਵੋਟਰਸ ਆ ਉਹ ਡੈਮੋਕ੍ਰੇਟਸ ਤੋਂ ਇੱਕ ਤਰ੍ਹਾਂ ਨਾਲ ਖੁਸ਼ ਵੀ ਨਹੀਂ, ਕਹਿੰਦੇ ਵੀ ਹਮੇਸ਼ਾ ਹੀ ਸਾਨੂੰ ਵਾਅਦਾ ਕਰ ਦਿੰਦੇ ਆ ਵੀ ਕੁਛ ਕਰਦੇ ਨਹੀਂ। ਪ੍ਰੈਜੀਡੈਂਟ ਡੋਨਲਡ ਟਰੰਪ ਨੇ ਪਿਛਲੇ ਸਮਿਆਂ 'ਚ 2-3 ਮੁੱਦੇ ਜਿਹੜੇ ਮੇਨ ਆ ਬਲੈਕ ਵੋਟਰਸ ਦੇ, ਖਾਸ ਕਰਕੇ ਜੇਲ੍ਹ ਦੀਆਂ ਜਿਹੜੀਆਂ ਰਿਫੋਰਮਸ ਆ ਉਹ ਲੈ ਕੇ ਆਏ, ਉਹਦੇ ਨਾਲ ਬਹੁਤ ਸਾਰੇ ਜਿਹੜੇ ਛੋਟੇ ਛੋਟੇ ਕ੍ਰਾਈਮ ਤੋਂ ਅੰਦਰ ਕਾਲੇ ਮੂਲ ਦੇ ਲੋਕ ਸੀ ਉਹਨਾਂ ਨੂੰ ਜਿਹੜੀ ਉੱਥੋਂ ਰਾਹਤ ਮਿਲ ਗਈ ਅਤੇ ਹੋਰ ਬਲੈਕ ਕਾਲਜਸ ਦੀ ਸਪੋਰਟ ਦੇ ਲਈ ਜਿਹੜੀ ਜੋਬਸ ਆ ਉਹ ਜਿਹੜੇ ਕਾਲੇ ਮੂਲ ਦੇ ਲੋਕ ਹੈਗੇ ਆ ਉਹਨਾਂ ਏਰੀਆ ਦੇ ਵਿੱਚ ਉਹਨਾਂ ਦੀਆਂ ਜੋਬਸ ਵਧੀਆ ਹੈਗੀਆਂ। ਕਹਿੰਦੇ ਵੀ ਜਿਹੜੇ ਕੀ ਜਿਹੜੀਆਂ ਡਿਸਾਈਡਿੰਗ ਸਟੇਟਸ ਹੈਗੀਆਂ ਉਹਨਾਂ ਦੇ ਵਿੱਚ ਅਪਰੂਵਲ ਜਿਹੜੀ ਆ ਪ੍ਰੈਜੀਡੈਂਟ ਡੋਨਲਡ ਟਰੰਪ ਦੀ ਅਫਰੀਕਨ ਅਮੈਰੀਕਨਸ ਦੇ ਵਿੱਚ ਵੱਧ ਰਹੀ ਹੈਗੀ ਆ। ਸੋ ਇਹ ਇੱਕ ਜਿਹੜਾ ਡੈਮੋਕ੍ਰੇਟਿਕ ਪਾਰਟੀ ਆ ਉਹਨਾਂ ਨੂੰ ਇਹ ਖਤਰੇ ਦੀ ਨਿਸ਼ਾਨੀ ਵੀ ਹੈਗੀ ਆ, ਖਾਸ ਕਰਕੇ ਜਿਹੜੀ 2020 ਦੀ ਇਲੈਕਸ਼ਨ ਹੋਣੀ ਆ ਜੀ। ਸੋ ਦੇਖਦੇ ਹਾਂ ਇਕੋਨਮੀ ਨੂੰ ਲੈ ਕੇ ਰਾਸ਼ਟਰਪਤੀ ਟਰੰਪ ਹਮੇਸ਼ਾ ਹੀ ਜਿਹੜੇ ਉਹ ਆਖਦੇ ਆ ਵੀ ਇਸ ਟਾਈਮ ਬਹੁਤ ਹੀ ਵਧੀਆ ਜਿਹੜਾ ਕੰਮ ਆ ਉਹ ਚੱਲ ਰਿਹਾ ਆ, ਪਰ ਅੱਜ ਜਿਹੜੇ ਡਾਓ ਜੋਨਸ ਆ ਸਟਾਕ ਮਾਰਕੀਟ ਉਹ ਕਹਿੰਦੇ 250 points ਤਕਰੀਬਨ ਜਿਹੜੀ ਉਹ ਡਿੱਗੀ ਆ। ਕਹਿੰਦੇ ਜਿਹੜਾ ਮੈਨੂਫੈਕਚਰਿੰਗ ਡਾਟਾ ਦੇ ਨਾਲ ਐਕਸਪੈਕਟਡ ਜਿਹੜਾ ਸੀਗਾ ਉਸ ਤੋਂ ਕਾਫੀ ਜਿਹੜਾ ਮਾੜਾ ਜਿਹੜਾ ਇਕਨੋਮਿਕ ਡਾਟਾ ਜਿਹੜਾ ਉਹ ਆਇਆ ਆ, ਸੋ ਉਹ ਜਿਹੜੇ ਆ ਸਟਾਕ ਮਾਰਕੀਟ ਦੇ ਵਿੱਚ ਉਸਨੇ ਤੜਥੱਲੀ ਜਿਹੜੀ ਉਹ ਮਚਾਈ ਆ। ਫੇਸਬੁੱਕ, ਐਮਾਜ਼ੋਨ, ਅਲਫਾਬੈਟ, ਐਪਲ ਸਾਰਿਆਂ ਦੇ ਜਿਹੜੇ ਸ਼ੇਅਰ 1-1% ਡਿੱਗੇ ਆ। ਰੋਕੂ ਕਹਿੰਦੇ ਜਿਹੜਾ ਪਿਛਲੇ ਸਾਲ ਦੇ ਵਿੱਚ ਕਾਫੀ ਹੌਟ ਜਿਹੜਾ ਉਹ ਰਿਹਾ ਸੀਗਾ ਉਹ 15% ਜਿਹੜਾ ਉਸਦਾ ਓਵਰਆਲ ਸਟਾਕ ਜਿਹੜਾ ਡਿੱਗਾ। ਨੈੱਟਫਲਿਕਸ ਵੀ 2.5% ਤੋਂ ਵੱਧ ਜਿਹੜਾ ਉਹ ਥੱਲੇ ਨੂੰ ਜਿਹੜਾ ਉਹ ਡਿੱਗਾ ਆ। ਇਹ ਦਸੰਬਰ ਦਾ ਪਹਿਲਾ ਜਿਹੜਾ ਸਟਾਕਿੰਗ ਜਿਹੜਾ ਉਹ ਦਿਨ ਸੀਗਾ ਅਤੇ ਇਸ ਦਿਨ ਜਿਹੜਾ ਆ ਉਹ ਡਾਊਨ ਜਿਹੜਾ ਗਿਆ ਆ 1% ਜਿਹੜੀ ਡਾਓ ਜੋਨਸ ਆ, S&P ਵੀ ਤਕਰੀਬਨ 1% ਜਿਹੜਾ ਨੈਸਟੈਕ ਆ ਉਹ 1.5% ਜਿਹੜਾ ਓਵਰਆਲ ਡਾਊਨ ਗਿਆ ਹੈਗਾ ਆ। ਸੋ ਮੈਨੂਫੈਕਚਰਿੰਗ ਜੋਬ ਦੇ ਵਿੱਚ ਜਿਹੜਾ ਆ ਕਟੌਤੀ ਆ ਉਹ ਜਿਹੜੀ ਉਹ ਦੇਖੀ ਗਈ ਆ। ਇਹ ਵੀ ਜਿਹੜਾ ਦੇਖਿਆ ਗਿਆ ਹਰਜੋਤ ਸਿੰਘ ਜੀ, ਕਈ ਜਿਹੜੀਆਂ ਕੰਪਨੀਆਂ ਆ ਉਹਨਾਂ ਦੇ ਵਿੱਚ ਲੇ ਆਫ ਹੋਣੇ ਵੀ ਜਿਹੜੇ ਉਹ ਸ਼ੁਰੂ ਹੋਏ ਆ। ਉੱਧਰ ਰਾਸ਼ਟਰਪਤੀ ਟਰੰਪ ਨੇ ਅੱਜ ਸਟੀਲ ਅਤੇ ਅਲਮੀਨੀਅਮ ਦੇ ਉੱਤੇ ਜਿਹੜਾ ਬ੍ਰਾਜ਼ੀਲ ਅਤੇ ਅਰਜਨਟੀਨਾ ਤੋਂ ਜਿਹੜਾ ਆਉਂਦਾ ਆ ਉਹਨਾਂ ਉੱਤੇ ਵੀ ਜਿਹੜਾ ਟੈਰਿਫ ਆ ਉਹ ਠੋਕ ਦਿੱਤਾ ਹੈਗਾ ਆ। ਉਹਨਾਂ ਨੇ ਕਿਹਾ ਵੀ ਜਿਹੜਾ ਬ੍ਰਾਜ਼ੀਲ ਅਤੇ ਅਰਜਨਟੀਨਾ ਆ ਇਹਨਾਂ ਦੋਨਾਂ ਮੁਲਕਾਂ ਨੇ ਆਪਣੀ ਜਿਹੜੀ ਕਰੰਸੀ ਆ ਉਸ ਨੂੰ ਡੀਵੈਲਿਊ ਜਿਹੜਾ ਕੀਤਾ ਆ ਤਾਂ ਜੋ ਉਹਨਾਂ ਦੇ ਜਿਹੜੇ ਐਕਸਪੋਰਟਰ ਆ ਉਹਨਾਂ ਨੂੰ ਜਿਹੜਾ ਬਹੁਤਾ ਨੁਕਸਾਨ ਜਿਹੜਾ ਉਹ ਨਾ ਝੱਲਣਾ ਪਵੇ। ਅਤੇ ਇਸ ਦੇ ਚੱਲਦਿਆਂ ਕਹਿੰਦੇ ਵੀ ਉਹਨਾਂ ਨੇ ਡੀਵੈਲਿਊਏਸ਼ਨ ਕਰਦੇ ਹੋਏ ਮੈਂ ਇਸ ਤੋਂ ਖਿੱਚ ਕੇ ਜਿਹੜਾ ਹੁਣ ਇੱਕ ਹਿਸਾਬ ਦੇ ਨਾਲ ਇਹਨਾਂ ਦੋਨਾਂ ਮੁਲਕਾਂ ਦੇ ਅਲਮੀਨੀਅਮ ਅਤੇ ਸਟੀਲ ਦੇ ਉੱਤੇ ਜਿਹੜਾ ਆ ਉਹ ਟੈਰਿਫ ਠੋਕਿਆ ਆ। ਔਲਰੇਡੀ ਜਿਹੜਾ ਰਾਸ਼ਟਰਪਤੀ ਟਰੰਪ ਨੇ ਹੋਰ ਕਈ ਮੁਲਕਾਂ ਦੇ ਸਟੀਲ ਦੇ ਉੱਤੇ ਜਿਹੜਾ ਟੈਰਿਫ ਆ ਉਹ 25% ਤੱਕ ਜਿਹੜਾ ਲਾਇਆ ਸੀਗਾ। ਜਦ ਚਾਈਨਾ ਦੇ ਸਟੀਲ ਦੇ ਉੱਤੇ ਟੈਰਿਫ ਹਰਜੋਤ ਸਿੰਘ ਜੀ ਲੱਗਾ ਸੀਗਾ ਤਾਂ ਉਸ ਤੋਂ ਬਾਅਦ ਦੇ ਵਿੱਚ ਅਜਿਹੇ ਮੁਲਕਾਂ ਤੋਂ ਹੀ ਜਿਹੜਾ ਸਟੀਲ ਲੈ ਕੇ ਜਿਹੜਾ ਇੱਥੇ ਸਟੀਲ ਦੇ ਕਾਰੋਬਾਰੀ ਆ ਉਹਨਾਂ ਨੇ ਆਪਣਾ ਕੰਮ ਜਿਹੜਾ ਉਹ ਸ਼ੁਰੂ ਕੀਤਾ ਸੀਗਾ। ਅਤੇ ਉਸ ਤੋਂ ਬਾਅਦ ਦੇ ਵਿੱਚ ਕਹਿੰਦੇ ਹੌਲੀ ਹੌਲੀ ਜਿਹੜਾ ਆ ਕੰਮ ਆ ਉਹ ਹੁਣ ਡਾਊਨ ਜਿਹੜਾ ਉਹ ਚਲਾ ਗਿਆ ਅਤੇ ਉੱਤੋਂ ਹੁਣ ਜਿਹੜੇ ਟੈਰਿਫਸ ਦੀ ਜਿਹੜੀ ਖਬਰ ਆਈ ਆ ਉਸ ਦੇ ਕਰਕੇ ਵੀ ਜਿਹੜੇ ਖਾਸ ਕਰਕੇ ਜਿਹੜੀ ਸਟੀਲ ਦੀ ਮਾਰਕੀਟ ਆ ਉਸ ਦੇ ਵਿੱਚ ਹਲਚਲ ਉਹ ਦੇਖੀ ਗਈ ਆ ਅਤੇ ਇਸ ਦਾ ਜਿਹੜਾ ਅਸਰ ਓਵਰਆਲ ਜਿਹੜਾ ਸਟਾਕ ਮਾਰਕੀਟ ਦੇ ਉੱਤੇ ਦੇਖਿਆ ਜਾ ਰਿਹਾ ਹੈ ਜੀ। ਇਸੇ ਤਰ੍ਹਾਂ ਜੇ ਅਗਲੀ ਖਬਰ ਵੱਲ ਚੱਲੀਏ, ਜਿਹੜੇ ਡੈਮੋਕ੍ਰੇਟਿਕ ਪਾਰਟੀ ਦੇ ਇੱਕ 2020 ਦੇ ਪ੍ਰੈਜੀਡੈਂਸ਼ੀਅਲ ਰੇਸ ਦੇ ਕੈਂਡੀਡੇਟ ਸਟੀਵ ਵੱਲਕ ਸੀਗੇ
ਉਹ ਉਹਨਾਂ ਨੇ ਜਿਹੜੀ ਆ ਉਹ ਪ੍ਰਾਇਮਰੀ ਦੇ ਵਿੱਚੋਂ ਆਪਣੇ ਆਪ ਨੂੰ ਡਰੋਪ ਕਰ ਲਿਆ ਹੈਗਾ ਆ ਜੀ। ਮੈਂ ਅੱਜ ਹੀ ਪਹਿਲੀ ਵਾਰੀ ਹਰਜੋਤ ਸਿੰਘ ਜੀ ਇਹਨਾਂ ਦਾ ਨਾਮ ਸੁਣਿਆ, ਵੈਸੇ ਬਹੁਤ ਸਾਰੇ ਜਿਹੜੇ ਹੈਗੇ ਨੇ ਆਉਂਦੇ ਨੇ, ਹੌਲੀ ਹੌਲੀ ਹੁਣ ਜਿਹੜੇ ਝੜਨੇ ਸ਼ੁਰੂ ਹੋ ਗਏ ਹੈਗੇ। ਬਿਲਕੁਲ ਜੀ, ਤੇ ਥੋੜੇ ਦਸੰਬਰ ਦੀ ਡਿਬੇਟ ਦੇ ਵਿੱਚ ਜਿਹੜੇ 6 ਮੇਨ ਰਹਿ ਜਾਣੇ ਆ ਉੱਤੇ ਉਹਨਾਂ ਦੇ ਉੱਤੇ ਜਿਹੜਾ ਉਹ ਜ਼ੋਰ ਲਾ ਰਹੇ। ਵੈਸੇ ਤੁਸੀਂ ਦੇਖੋ ਵੀ ਜਿੱਦਾਂ MSNBC ਵਰਗੇ ਹੈਗੇ ਆ, ਇਹਨਾਂ ਨੇ ਜਿਹੜਾ ਐਂਡਰਿਊ ਯੈਂਗ ਵਰਗਾ ਉਮੀਦਵਾਰ ਆ ਉਹਨੂੰ ਟਾਈਮ ਹੀ ਨਹੀਂ ਦਿੰਦੇ, ਜਦਕਿ ਉਸਦੀ ਜਿਹੜੀ ਪੋਲਿੰਗ ਆ ਕਮਲਾ ਹੈਰਿਸ ਤੋਂ ਉੱਤੇ ਆ, ਕਿਤੇ ਉੱਤੇ ਆ, ਤੇ ਉਹ ਬੜੀਆਂ ਸੈਂਸੀਬਲ ਗੱਲਾਂ ਵੀ ਕਰਦਾ, ਗੱਲਾਂ ਕਰਦਾ, ਐਂਟਰਪ੍ਰੀਨੋਰ ਜਿਹੜਾ ਉਹ ਖੁਦ ਰਿਹਾ ਆ ਵੀ ਕੀ ਹੋਣਾ ਚਾਹੀਦਾ, ਕਿਵੇਂ ਹੋਣਾ ਚਾਹੀਦਾ ਭਵਿੱਖ ਨੂੰ ਲੈ ਕੇ, AI ਨੂੰ ਜਿਹੜਾ ਆਰਟੀਫਿਸ਼ੀਅਲ ਇੰਟੈਲੀਜੈਂਸ ਆ, ਸੈਲਫ ਡਰਾਈਵਿੰਗ ਟਰੱਕਸ ਆ, ਉਸ ਨੂੰ ਲੈ ਕੇ ਉਹ ਕਾਫੀ ਜਿਹੜਾ ਚਿੰਤਤ ਵੀ ਆ, ਤੇ ਯੂਨੀਵਰਸਲ ਜਿਹੜੀ ਇਨਕਮ ਦੀ ਗੱਲ ਵੀ ਜਿਹੜੀ ਉਹ ਨਾਲ ਦੇ ਨਾਲ ਜਿਹੜੀ ਉਹ ਕਰਦਾ ਆ। ਕਹਿੰਦੇ ਵੀ ਮੈਨੂੰ ਕਿੰਨੀ ਵਾਰੀ ਜਿਹੜਾ ਉਹਨਾਂ ਨੇ ਬੁਲਾਇਆ, ਕਹਿੰਦੇ 10 ਤੋਂ ਵੱਧ ਵਾਰੀ MSNBC ਵਾਲੇ ਜਿਹੜੇ ਆ ਉਹਨਾਂ ਨੇ ਜਿਹੜਾ ਮੇਰਾ ਗ੍ਰਾਫ ਹੀ ਜਿਹੜਾ ਉਹ ਸ਼ੋਅ ਨਹੀਂ ਕੀਤਾ, ਤੇ ਕਹਿੰਦੇ ਮੇਰਾ ਨਾਮ ਵੀ ਉਹਨਾਂ ਨੇ ਉੱਥੇ ਜਿਹੜਾ ਜਾਣ ਬੁੱਝ ਕੇ ਕਈ ਵਾਰੀ ਜਿਹੜਾ ਉੱਥੇ ਗਲਤ ਜਿਹੜਾ ਉਹ ਲਿਆ, ਤੇ ਕਹਿੰਦੇ ਹੁਣ ਫਿਰ ਮੈਨੂੰ ਇਸ ਦੇ ਵਿੱਚ ਅੱਕ ਕੇ ਜਿਹੜਾ ਇਸ ਦੇ ਖਿਲਾਫ ਜਿਹੜਾ ਹੁਣ ਮੈਨੂੰ ਬੋਲਣਾ ਹੀ ਜਿਹੜਾ ਉਹ ਪੈ ਰਿਹਾ ਹੈਗਾ। ਤੁਸੀਂ ਦੇਖੋ ਵੀ ਕਿਸ ਤਰੀਕੇ ਦੇ ਨਾਲ ਜਿੰਨੇ ਵੀ ਇਹ ਨੈਟਵਰਕਸ ਹੁੰਦੇ ਆ, ਹਰ ਇੱਕ ਦਾ ਆਪੋ ਆਪਣਾ ਚਹੇਤਾ, ਇੱਕ ਕੈਂਡੀਡੇਟ ਹੁੰਦਾ ਆ ਉਸ ਦੇ ਉੱਤੇ ਜਿਹੜਾ ਉਹ ਪੂਰਾ ਜ਼ੋਰ ਜਿਹੜਾ ਉਹ ਲਾ ਦਿੰਦੇ ਨੇ, ਜਿੱਦਾਂ ਫੋਕਸ ਵਾਲੇ ਰਿਪਬਲਿਕਨ ਕੈਂਡੀਡੇਟਸ ਉੱਤੇ ਜ਼ੋਰ ਲਾਉਂਦੇ ਆ, ਅਤੇ ਜਿਹੜੇ ਖਾਸ ਕਰਕੇ ਜਿਹੜਾ ਲੈਫਟ ਲੀਨਿੰਗ ਜਿਹੜਾ ਲਿਬਰਲ ਮੀਡੀਆ ਆ ਇਹਨਾਂ ਦੇ ਵੀ ਜਿਹੜੇ ਵੱਖ ਵੱਖ ਕੈਂਡੀਡੇਟਸ ਉਹਨਾਂ ਵਿੱਚੋਂ ਇੱਕ ਇੱਕ ਜਿਹੜੇ ਆ ਫੇਵਰੇਟ ਆ, ਜਾਂ ਜਿਹੜੇ ਚਾਹੁੰਦੇ ਆ ਵੀ ਉਹ ਅੱਗੇ ਜਿਹੜੇ ਉਹ ਨਾ ਜਾਣ, ਉਹਨਾਂ ਦੇ ਉੱਤੇ ਜਿਹੜਾ ਉਹ ਨਜ਼ਰ ਆ ਉਹ ਨਹੀਂ ਜਿਹੜੀ ਉਹ ਰੱਖਦੇ। ਸੋ ਲੈਟ ਸੀ ਜਿਹੜਾ ਇਸ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ, ਕੌਣ ਝੜਦਾ ਅਤੇ ਕੌਣ ਜਿਹੜਾ ਉਹ ਰਹਿ ਜਾਂਦਾ ਹੈਗਾ ਆ। ਅਗਲੀ ਖਬਰ ਵੱਲ ਚੱਲੀਏ ਜਿਹੜੀ ਫੇਸਬੁੱਕ ਦੀ ਹੈਗੀ ਆ, ਅਤੇ ਫੇਸਬੁੱਕ ਦੇ ਨਾਲ ਰਿਲੇਟਡ ਮਾਰਕ ਜ਼ਕਰਬਰਗ ਆ ਉਹਨਾਂ ਨੇ ਅੱਜ ਸਟੇਟਮੈਂਟ ਦਿੱਤੀ ਹੈਗੀ ਆ ਵੀ ਜਿਹੜੀਆਂ ਫਾਲਸ ਐਡਵਰਟਾਈਜ਼ਮੈਂਟਸ ਵੀ ਹੈਗੀਆਂ ਅਸੀਂ ਉਹਨਾਂ ਨੂੰ ਰੋਕ ਨਹੀਂ ਸਕਦੇ। ਇਹ ਕਹਿੰਦੇ ਵੀ ਡੈਮੋਕ੍ਰੇਸੀ ਦੇ ਵਿੱਚ, ਖਾਸ ਕਰਕੇ ਪੋਲੀਟੀਕਲ ਐਡਵਰਟਾਈਜ਼ਮੈਂਟ, ਡੈਮੋਕ੍ਰੇਸੀ ਦੇ ਵਿੱਚ ਜਿਹੜੇ ਆ ਲੋਕ ਆ ਉਹਨਾਂ ਨੂੰ ਆਪ ਡਿਸਾਈਡ ਕਰਨਾ ਪੈਣਾ ਹੈ ਵੀ ਜਿਹੜੇ ਪੋਲੀਟੀਸ਼ੀਅਨ ਬੋਲ ਰਹੇ ਆ ਵੀ ਇਹ ਸੱਚ ਬੋਲ ਰਹੇ ਹੈਗੇ ਆ, ਤੁਸੀਂ ਉਹਨਾਂ ਦੀ ਜੱਜਮੈਂਟ ਕਰ ਸਕਦੇ ਆ ਜਾਂ ਨਹੀਂ ਕਰ ਸਕਦੇ, ਪਰ ਅਸੀਂ ਜਿਹੜਾ ਕਿਸੇ ਤਰ੍ਹਾਂ ਦਾ ਜਿਹੜਾ ਬਲੌਕ ਨਹੀਂ ਲਾ ਸਕਦੇ। ਇਹ ਦੇਖੋ ਹਰਜੋਤ ਸਿੰਘ ਜੀ, ਸਪਸ਼ਟ ਇੱਥੋਂ ਇਹ ਪਤਾ ਲੱਗਦਾ ਵੀ ਇਹ ਪੈਸੇ ਦਾ ਭੁੱਖਾ ਬੰਦਾ ਹੈ, ਇਹਨੇ ਡਾਲਰ ਜਿਹੜੇ ਕਮਾਉਣੇ ਆ। ਹੁਣ ਆਪਾਂ ਕਿੰਨੀ ਵਾਰੀ ਦੇਖਿਆ ਫੇਸਬੁੱਕ ਨੇ ਕਈਆਂ ਦੇ ਅਕਾਊਂਟ ਬੰਦ ਕਰ ਦਿੰਦੇ ਆ, ਕਈਆਂ ਦੀਆਂ ਫੋਟੋਆਂ ਜਿਹੜੀਆਂ ਉਹ ਚੱਕ ਦਿੰਦੇ ਆ, ਕਈਆਂ ਦੇ ਜਿਹੜੇ ਆ ਉਹ ਵੀਡੀਓਜ਼ ਚੱਕ ਦਿੰਦੇ ਆ, ਜਾਂ ਜੇ ਕੋਈ ਖਬਰ ਕਿਸੇ ਨੂੰ ਲੱਗਦਾ ਹੁੰਦਾ ਆ ਵੀ ਇੱਦਾਂ ਦੀ ਉੱਦਾਂ ਦੀ, ਉਹਦੇ 'ਤੇ ਆਪਣੇ ਵੱਲੋਂ ਸੋ ਕਾਲਡ ਫੈਕਟ ਚੈਕਿੰਗ ਜਿਹੜੀ ਉਹ ਕਰ ਦਿੰਦੇ ਆ। ਅਤੇ ਹੁਣ ਜਦੋਂ ਜਿੱਥੇ ਡਾਲਰ ਕਮਾਉਣ ਦੀ ਗੱਲ ਆਉਂਦੀ ਉੱਥੇ ਕਹਿੰਦੇ ਜੀ ਇਹ ਫਰੀਡਮ ਆਫ ਸਪੀਚ ਅਤੇ ਫਰੀਡਮ ਆਫ ਐਕਸਪ੍ਰੈਸ਼ਨ ਆ, ਲੋਕਾਂ ਨੂੰ ਜਿਹੜਾ ਇਹ ਪਤਾ ਹੋਣਾ ਚਾਹੀਦਾ ਆ, ਖੁਦ ਜਿਹੜਾ ਉਹ ਪਤਾ ਕਰਨ ਵੀ ਕਿਹੜੀ ਚੀਜ਼ ਸੱਚ ਆ ਅਤੇ ਕਿਹੜੀ ਝੂਠ ਆ, ਅਤੇ ਉੱਦਾਂ ਫਿਰ ਆਰਟੀਕਲ ਦੇ ਉੱਤੇ ਫੈਕਟ ਚੈਕਿੰਗ ਜਿਹੜੀ ਆ ਉਹ ਕਿਉਂ ਕਰਦੇ ਆ। ਜਾਂ ਤਾਂ ਰੱਖਣਾ ਹੈ ਜਿਹੜਾ ਪੈਮਾਨਾ ਸਾਰਿਆਂ ਦੇ ਲਈ ਬਰਾਬਰ ਰੱਖੋ, ਨਹੀਂ ਤਾਂ ਨਾ ਰੱਖੋ, ਇਹ ਇਹ ਇੱਕ ਪਾਸੇ ਜਿਹੜਾ ਹੋਣਾ ਚਾਹੀਦਾ। ਸੋ ਡਾਲਰ ਦੀ ਕਮਾਈ ਆ ਇਹ, ਹਰਜੋਤ ਸਿੰਘ ਜੀ ਇਹਨਾਂ ਨੂੰ ਪਤਾ ਵੀ ਇਸ ਟਾਈਮ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਪੋਲੀਟੀਸ਼ੀਅਨਸ ਆ ਉਹ ਵੀ ਮਿਲੀਅਨਸ ਆਫ ਡਾਲਰ ਜਿਹੜੇ ਉਹ ਖਰਚ ਰਹੇ ਨੇ ਆਪਣੇ ਆਪਣੇ ਜਿਹੜੇ ਆ ਵੋਟਰਸ ਤੱਕ ਆਪਣੀ ਜਿਹੜੀ ਗੱਲ ਆ ਜਿਹੜੀ ਉਹ ਪਹੁੰਚਾਉਣ ਦੇ ਲਈ। ਰਿਪਬਲਿਕਨਸ ਜਿਹੜੇ ਆ ਡੈਮੋਕ੍ਰੇਟਸ ਦੇ ਉਲਟ ਜਿਹੜੀ ਆ ਕੁਛ ਪੁੱਠਾ ਸਿੱਧਾ ਜਿਹੜਾ ਆ ਉੱਦਾਂ ਦੀ ਚੀਜ਼ ਕਰ ਸਕਦੇ, ਡੈਮੋਕ੍ਰੇਟਸ ਜਿਹੜੇ ਰਿਪਬਲਿਕਨਸ ਦੇ ਉਲਟ ਜਿਹੜਾ ਆ ਕੁਛ ਵੀ ਪੁੱਠਾ ਸਿੱਧਾ ਆ ਉਹ ਆਪਣੀ ਐਡ ਜਿਹੜੀ ਉਹ ਬਣਾ ਸਕਦੇ ਆ, ਅਤੇ ਇਹ ਕਹਿੰਦੇ ਆ ਵੀ ਅਸੀਂ ਫੈਕਟ ਚੈੱਕ ਜਿਹੜੇ ਉਸ ਚੀਜ਼ ਨੂੰ ਉਹ ਨਹੀਂ ਕਰਾਂਗੇ। ਅਤੇ ਆਈ ਥਿੰਕ ਇਹ ਕਿਤੇ ਨਾ ਕਿਤੇ ਇਹਨਾਂ ਦੀ ਹੁਣ ਜ਼ਿੰਮੇਵਾਰੀ ਤਾਂ ਬਣਦੀ ਹੈ, ਕਿਉਂਕਿ ਇਹ ਪਲੇਟਫਾਰਮ ਹੀ ਐਡਾ ਵੱਡਾ ਜਿਹੜਾ ਉਹ ਬਣ ਚੁੱਕਾ ਆ ਜਿਹੜਾ ਕਿ ਲੋਕਾਂ ਦਾ ਜਿਹੜੀ ਮਨੋਦਸ਼ਾ ਨੂੰ ਜਿਹੜਾ ਉਹ ਬਦਲ ਸਕਦਾ ਆ ਵੀ ਕਿਸ ਪਾਸੇ ਨੂੰ ਵੋਟ ਪਾਉਣੀ ਹੈ, ਕਿਸ ਪਾਸੇ ਨੂੰ ਵੋਟ ਜਿਹੜੀ ਉਹ ਨਹੀਂ ਪਾਉਣੀ। ਇਹ ਬਹੁਤ ਮੀਸਣਾ ਜਿਹਾ ਬਣ ਕੇ ਜਿਹੜਾ ਆ ਕੰਮ ਜਿਹੜਾ ਉਹ ਖਿੱਚੀ ਜਾਣ ਦਿਆ ਆ। ਸੋ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਕੀ ਬਣਦਾ। ਬਹੁਤ ਸਾਰੇ ਲੋਕ ਫੇਸਬੁੱਕ ਤੋਂ ਕਿਨਾਰਾ ਜਿਹੜਾ ਉਹ ਹੌਲੀ ਹੌਲੀ, ਖਾਸ ਕਰਕੇ ਯੰਗ ਜਨਰੇਸ਼ਨ ਤਾਂ ਟੋਟਲੀ ਫੇਸਬੁੱਕ 'ਤੇ ਹੈ ਨਹੀਂ ਹੁਣ। ਤੁਸੀਂ ਦੇਖੋ ਬਈ ਕਹਿੰਦੇ ਬਈ ਐਕਸਟ੍ਰੀਮਿਸਟ ਗਰੁੱਪ ਜਿਹੜੇ ਆ ਉਹ ਵੀ ਆਪਣੇ ਪੇਜ ਚਲਾਈ ਜਾਂਦੇ ਸੀ, ਦੋ ਵਾਈਟ ਨੈਸ਼ਨਲਿਸਟ ਔਰਗਨਾਈਜੇਸ਼ਨ ਜਿਹੜੀਆਂ ਹੈਗੀਆਂ ਆ ਉਹ ਫੇਸਬੁੱਕ 'ਤੇ ਮਹੀਨੇ ਵੱਧੀ ਆਪਣਾ ਪੇਜ ਚਲਾਉਂਦੀਆਂ ਰਹੀਆਂ, ਈਵਨ ਦੋ ਫੇਸਬੁੱਕ ਨੇ ਪ੍ਰੋਮਿਸ ਕੀਤਾ ਸੀ ਵੀ ਅਸੀਂ ਕਿਸੇ ਤਰ੍ਹਾਂ ਦੇ ਜਿਹੜੇ ਹੇਟ ਗਰੁੱਪ ਹੈਗੇ ਆ ਉਹਨਾਂ ਨੂੰ ਅਸੀਂ ਬੈਨ ਕਰਾਂਗੇ। ਦੇਖੋ ਪਤਾ ਨਹੀਂ ਕੀ ਕਰਦੇ ਨੇ ਕੀ ਨਹੀਂ ਕਰਦੇ ਨੇ, ਗੱਲਾਂ ਇਹਨਾਂ ਦੀਆਂ ਹੋਰ ਆ, ਹਾਥੀ ਦੇ ਦੰਦ ਦਿਖਾਉਣ ਵਾਲੇ ਦਿਖਾਉਣ ਵਾਲੇ ਹੋਰ ਨੇ, ਇੱਥੋਂ ਇਹ ਚੀਜ਼ਾਂ ਜਿਹੜੀਆਂ ਸਾਫ਼ ਪਤਾ ਲੱਗਦੀਆਂ। ਅਤੇ ਹਰਜੋਤ ਸਿੰਘ ਜੀ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਆਉਂਦੇ ਹਾਂ ਅਤੇ ਖਬਰਾਂ ਦਾ ਸਿਲਸਿਲਾ ਇੱਦਾਂ ਹੀ ਜਾਰੀ ਰਹੇ ਜੀ। ਤੁਸੀਂ ਸੁਣ ਰਹੇ ਹੋ KOBU ਯੂਨੀਵਰਸਿਟੀ 1450 AM, KIID ਸੈਕਰਾਮੈਂਟੋ 1470 AM, KWRU ਫ੍ਰੈਸਨੋ 1300 AM, KLHC ਬੇਕਰਸਫੀਲਡ 1350 AM।
ਆਖਾ ਲੱਡੂ, ਹੁਣੇ ਨਵੇਂ ਘਰ ਦੀ ਡੀਲ ਕਲੋਜ਼ ਕਰਕੇ ਆਇਆ ਆ ਬ੍ਰੈਕਟ ਰਿਐਲਿਟੀ ਐਂਡ ਮਾਰਗੇਜ ਵਾਲੇ ਇੰਡੀ ਫਗੂੜਾ ਹੁਣਾਂ ਦੇ ਨਾਲ। ਉਹਨਾਂ ਨੇ ਬਹੁਤ ਹੀ ਸੋਹਣੀ ਪ੍ਰਾਪਰਟੀ ਦਵਾਈ, ਉਹ ਵੀ ਬਹੁਤ ਹੀ ਘੱਟ ਇੰਟਰਸਟ ਰੇਟ ਦੇ ਉੱਤੇ। ਨਾਲੇ ਉਹਨਾਂ ਨੇ ਹੀ ਤਾਂ ਸੌਰਵ ਦੇ ਘਰ ਦਾ ਘੱਟ ਇੰਟਰਸਟ ਦੇ ਉੱਤੇ ਰੀਫਾਈਨੈਂਸ ਵੀ ਕਰਾ ਦਿੱਤਾ। ਤੂੰ ਵੀ ਤਾਂ ਲੱਭਦਾ ਸੀ ਘਰ, ਤੂੰ ਵੀ ਇਹਨਾਂ ਨੂੰ ਹੀ ਮਿਲੀ। ਬ੍ਰੈਕਟ ਰਿਐਲਿਟੀ ਐਂਡ ਮਾਰਗੇਜ ਵਾਲੇ ਇੰਡੀ ਫਗੂੜਾ 9163165374 9163165374 5701 ਲੋਨ ਟ੍ਰੀ ਬੁਲੇਵਾਰਡ ਸਵੀਟ 313 ਰੌਕਲੇਨ ਐਨੀਮਲ ਐਸਆਈਡੀ 703421 ਡੀਆਰਈ ਲਾਇਸੈਂਸ ਨੰਬਰ 01704087। ਇਸ ਮੌਕੇ ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਦੀਆਂ ਰੀਨਿਊਲਸ ਅਤੇ ਨਵੀਆਂ ਐਪਲੀਕੇਸ਼ਨਸ ਦਾ ਸਮਾਂ ਆ ਚੁੱਕਾ ਹੈ। ਇਸ ਸਾਲ ਹੈਲਥ ਇੰਸ਼ੋਰੈਂਸ ਕਵਰਡ ਕੈਲੀਫੋਰਨੀਆ ਨਾ ਲੈਣ ਦੇ ਉੱਤੇ ਸਟੇਟ ਆਫ ਕੈਲੀਫੋਰਨੀਆ ਦੇ ਦੁਆਰਾ ਪਰ ਪਰਸਨ ਦੇ ਹਿਸਾਬ ਦੇ ਨਾਲ ਭਾਰੀ ਜੁਰਮਾਨਾ ਲਾਇਆ ਜਾਵੇਗਾ। ਇਸ ਜੁਰਮਾਨੇ ਤੋਂ ਬਚਣ ਦੇ ਲਈ ਹੈਲਥ ਇੰਸ਼ੋਰੈਂਸ ਲੈਣ ਦੇ ਲਈ ਆਪਣੇ ਓਬਾਮਾ ਕੇਅਰ ਰੀਨਿਊਲਸ ਜਾਂ ਨਵੀਂ ਐਪਲੀਕੇਸ਼ਨ ਭਰਨ ਦੇ ਲਈ ਅੱਜ ਹੀ ਸੰਪਰਕ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408-272-2500। ਸਰਦਾਰ ਜੀ, ਸੋਨਾ ਜਾਂ ਘਰ ਤਾਂ ਆਪਾਂ ਲੈ ਲਿਆ, ਤੇ ਘਰ ਦੇ ਵਿੱਚ ਰੱਖਣ ਲਈ ਸੋਨਾ ਜਾਂ ਫਰਨੀਚਰ ਕਿੱਥੋਂ ਮਿਲੂਗਾ? ਤੂੰ ਫਿਕਰ ਨਾ ਕਰ, ਮੈਨੂੰ ਪਤਾ ਆ ਵਧੀਆ ਫਰਨੀਚਰ ਤੇ ਵਧੀਆ ਡੀਲ ਕਿੰਨਾ ਤੋਂ ਮਿਲਣੀ ਆ। ਫਰਨੀਚਰ ਟਾਈਮ ਸੈਕਰਾਮੈਂਟੋ ਵਾਲਿਆਂ ਤੋਂ, ਮੇਰੇ ਬਹੁਤ ਸਾਰੇ ਦੋਸਤਾਂ ਨੇ ਇਹਨਾਂ ਤੋਂ ਹੀ ਫਰਨੀਚਰ ਲਿਆ ਆ। ਬਹੁਤ ਹੀ ਵਧੀਆ ਪ੍ਰੋਡਕਟ, ਬੜੀ ਸੋਹਣੀ ਡੀਲ ਦੇ ਉੱਤੇ ਉਹਨਾਂ ਨੂੰ ਮਿਲਿਆ ਆ। ਫਰਨੀਚਰ ਟਾਈਮ ਸੈਕਰਾਮੈਂਟੋ 1,00,000 ਸਕੁਅਰ ਫੁੱਟ ਦਾ ਵੇਅਰ ਹਾਊਸ ਆ ਜਿਹੜਾ ਹਮੇਸ਼ਾ ਹੀ ਪੈਕਡ ਰਹਿੰਦਾ ਆ। ਬਹੁਤ ਹੀ ਗੁੱਡ ਪ੍ਰੋਡਕਟ ਨੇ, ਬਹੁਤ ਹੀ ਵਧੀਆ ਪ੍ਰਾਈਸ ਦੇ ਉੱਤੇ। ਇਸ ਟਾਈਮ ਵੱਡੀ ਸੇਲ ਚੱਲ ਰਹੀ ਆ ਤੇ ਗਰੰਟੀਡ ਗੁੱਡ ਡੀਲ ਦੇਣਗੇ। 999 ਵਿੱਚ ਕੰਪਲੀਟ ਬੈਡਰੂਮ ਸੈੱਟ, 699 ਵਿੱਚ ਸੋਫਾ, ਲਵ ਸੀਟ, ਕਾਫੀ ਟੇਬਲ, ਚੇਅਰ ਦਾ ਕੰਪਲੀਟ ਸੈੱਟ ਤੇ 499 ਵਿੱਚ ਸੋਫਾ ਤੇ ਲਵ ਸੀਟ ਦਾ ਡੀਲ ਚੱਲ ਰਹੀ ਆ। ਨਾਲੇ ਫਾਈਨਾਂਸ ਵੀ ਕਰਦੇ ਆ, 6 ਮਹੀਨੇ ਦਾ, 12 ਮਹੀਨੇ ਦਾ, 18 ਮਹੀਨੇ ਦਾ, ਉਹ ਵੀ ਜ਼ੀਰੋ ਇੰਟਰਸਟ ਦੇ ਉੱਤੇ। ਫਰਨੀਚਰ ਟਾਈਮ ਸੈਕਰਾਮੈਂਟੋ 4717 ਮੈਡੀਸਨ ਐਵੀਨਿਊ ਸੈਕਰਾਮੈਂਟੋ 9165500758 9161500507158 ਤੇ ਇਹਨਾਂ ਦੀ ਬ੍ਰਾਂਚ ਯੂਬਾ ਸਿਟੀ ਵਿੱਚ ਵੀ ਆ। ਇੰਡੀਅਨ ਸੇਵਰ ਹੋਲਸੇਲ ਪ੍ਰਿੰਟਿੰਗ ਵਾਲਿਆਂ ਤੋਂ ਬਣਵਾ ਸਕਦੇ ਹੋ 1000 ਬਿਜ਼ਨਸ ਕਾਰਡ ਸਿਰਫ ਹੀ $45 ਵਿੱਚ। ਆਊਟਡੋਰ ਬੈਨਰ 699 ਪਰ ਸਕੁਅਰ ਫੀਟ, ਬੈਨਰ ਵਿਦ ਸਟੈਂਡ ਸਿਰਫ $135 ਵਿੱਚ, 10x10 ਦਾ ਇਵੈਂਟ ਟੈਂਟ ਵਿਦ ਹਾਰਡਵੇਅਰ ਐਂਡ ਫੈਬਰਿਕ, ਤੁਹਾਡੇ ਲੋਗੋ ਅਤੇ ਐਡ ਦੇ ਨਾਲ ਸਿਰਫ ਹੀ $1399 ਵਿੱਚ। ਫਲਾਇਰ, ਬਰੋਸ਼ਰ, ਪੋਸਟ ਕਾਰਡ, ਪੋਸਟਰ, ਪ੍ਰੈਜੈਂਟੇਸ਼ਨ ਫੋਲਡਰ, ਹੈਂਗ ਟੈਗਸ, ਐਨਵਲੋਪਸ, ਰੋਲ ਲੇਬਲ, ਸਟਿਕਰ ਅਤੇ ਇਹ ਐਵਰੀ ਡੋਰ ਡਾਇਰੈਕਟ ਮੇਲ ਦੀ ਸਰਵਿਸ ਵੀ ਦਿੰਦੇ ਹਨ। 9165255476 9165254576। ਇਮੀਗ੍ਰੇਸ਼ਨ, ਫੈਮਿਲੀ ਲਾਅ ਦੇ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸਲਾਹ ਦੇ ਲਈ ਗੱਲ ਕਰ ਸਕਦੇ ਹੋ ਸ਼ਾਹਿਦ ਮਨਜ਼ੂਰ ਜੀ ਨਾਲ। ਪਰਸਨਲ ਇੰਜਰੀ ਜਿਵੇਂ ਕਿ ਕਾਰ ਐਕਸੀਡੈਂਟ, ਸਲਿਪ ਅਤੇ ਫਾਲ ਦੇ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸਲਾਹ ਦੇ ਲਈ ਗੱਲ ਕਰ ਸਕਦੇ ਹੋ ਸ਼ਾਹਿਦ ਮਨਜ਼ੂਰ, ਮਨਜ਼ੂਰ ਲਾਅ ਫਰਮ, 3017 ਡੌਗਲਸ ਬੁਲੇਵਾਰਡ, ਸੁਈਟ 104, ਰੋਜ਼ਵਿਲ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 9163061665 9163061665 ਮਨਜ਼ੂਰ ਲਾਅ ਫਰਮ। ਕੀ ਤੁਹਾਨੂੰ ਇਸ ਗੱਲ ਦਾ ਅਹਿਸਾਸ ਹੈ, ਜੇ ਕੰਮ ਕਰ ਕਰਦਿਆਂ ਹਾਰਟ ਅਟੈਕ, ਸਟ੍ਰੋਕ, ਭਿਆਨਕ ਸੱਟ ਚੋਟ, ਮੇਜਰ ਆਰਗਨ ਟ੍ਰਾਂਸਪਲਾਂਟ ਜਾਂ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਹੋ ਜਾਵੇ ਤਾਂ ਘਰ ਬਾਰ ਦੇ ਖਰਚੇ ਲਈ ਆਮਦਨ ਕਿੱਥੋਂ ਆਵੇਗੀ? MAF ਫਾਈਨੈਂਸ਼ੀਅਲ ਐਂਡ ਇੰਸ਼ੋਰੈਂਸ ਸਰਵਿਸਿਜ਼ ਕੋਲ ਇਸ ਦਾ ਜਵਾਬ ਹੈ। ਇਹਨਾਂ ਕੋਲ ਮਾਡਰਨ ਇੰਸ਼ੋਰੈਂਸ ਪਲਾਨ ਹਨ ਜੋ ਤੁਹਾਡੇ ਅਤੇ ਤੁਹਾਡੇ ਪਰਿਵਾਰ ਦੀ ਆਮਦਨ ਦਾ ਸਾਧਨ ਬਣ ਸਕਦੇ ਹਨ। MAF ਦੇ ਪ੍ਰੋਫੈਸ਼ਨਲ ਤੋਂ ਟੈਕਸ ਫ੍ਰੀ ਰਿਟਾਇਰਮੈਂਟ ਇਨਕਮ ਕਿਵੇਂ ਲੈਣੀ ਹੈ ਇਸ ਬਾਰੇ ਪਤਾ ਕਰ ਸਕਦੇ ਹੋ। ਜੇ ਤੁਸੀਂ ਹਾਈ ਨੈਟਵਰਥ ਪਰਿਵਾਰ ਹੋ ਅਤੇ ਅਸਟੇਟ ਟੈਕਸ ਲਈ ਪ੍ਰੀਮੀਅਮ ਫਾਈਨੈਂਸ ਪਾਲਿਸੀ ਤੁਹਾਡੇ ਲਈ ਕਿਵੇਂ ਲਾਹੇਵੰਦ ਹੋ ਸਕਦੀ ਹੈ ਉਹ ਵੀ ਪਤਾ ਕਰ ਸਕਦੇ ਹੋ। ਅੱਜ ਹੀ ਕਾਲ ਕਰੋ MAF 9167406400 9167406400। MAF also provides a platform for experienced financial professionals with top pay company revenue and virtual agent training program. Visit maflife.com. MAF, California Department of Insurance License Number 0M92002. ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM, KIID ਸੈਕਰਾਮੈਂਟੋ 1470 AM, KWRU ਫ੍ਰੈਸਨੋ 1300 AM, KLHC ਬੇਕਰਸਫੀਲਡ 1350 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਅਤੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਇਹਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਦਾ ਖਿਆਲ ਜਿਹੜਾ ਜੀ ਚੱਲ ਰਿਹਾ ਜੀ ਅਪਡੇਟ, ਮੈਂ ਹਰਜੋਤ ਸਿੰਘ ਜੀ ਇਹਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਇਹਨੂੰ।
ਅਤੇ ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਆਪਾਂ ਖਬਰਾਂ ਉਸ ਦੇ ਉੱਤੇ ਨਜ਼ਰ ਮਾਰਦੇ ਹਾਂ ਅਤੇ ਜਿਹੜੀ ਅਗਲੀ ਖਬਰ ਜਿਹੜੀ ਹੈ ਚਾਈਨਾ ਤੋਂ ਆ ਰਹੀ ਹੈ, ਕਹਿੰਦੇ ਵੀ ਬਿਗ ਬ੍ਰਦਰ ਇਜ਼ ਵਾਚਿੰਗ। ਬੇਸਿਕਲੀ ਵੀ ਚਾਈਨਾ ਦੇ ਵਿੱਚ ਇਸ ਟਾਈਮ ਇੰਨੇ ਕੁ ਜ਼ਿਆਦਾ ਜਿਹੜੇ CCTV ਕੈਮਰੇ ਜਿਹੜੇ ਉਹ ਲੱਗੇ ਹੋਏ ਆ ਵੀ ਰਹਿ ਰੱਬ ਦਾ ਨਾਂ, ਕਹਿੰਦੇ ਤਕਰੀਬਨ 2.6 million ਕੈਮਰੇ ਜਿਹੜੇ ਆ ਚਾਈਨਾ ਦੀ ਇੱਕ ਸਿਟੀ ਦੇ ਵਿੱਚ ਜਿਹੜੇ ਉਹਨਾਂ ਨੇ ਲਾਏ ਹੋਏ ਆ। ਚੌਂਗਕੁਇੰਗ ਕਰਕੇ ਜਿਹੜਾ ਇਹ ਇਲਾਕਾ ਆ ਉਸ ਦੇ ਵਿੱਚ ਇੰਨੇ ਜਿਹੜੇ ਆ ਉਹ ਲੱਗੇ ਹੋਏ ਨੇ ਅਤੇ ਕਹਿੰਦੇ ਵੀ ਵਰਲਡ ਦੀ ਸਭ ਤੋਂ ਜਿਹੜੀ ਹੈਵੀਲੀ ਸਰਵੇਲਡ ਜਿਹੜੀ ਸਿਟੀ ਆ ਚਾਈਨਾ ਦੀ ਇਹ ਬਣੀ ਆ। ਸੋ 2.5 million ਤੋਂ ਵੱਧ ਹਰਜੋਤ ਸਿੰਘ ਜੀ ਜਿਹੜੇ ਕੈਮਰੇ ਆ ਉੱਥੇ ਲੋਕਾਂ ਦੇ ਲਈ ਜਿਹੜੇ ਲਾਏ ਆ, 15 million ਉੱਥੇ ਦੀ ਜਿਹੜੀ ਉਹ ਆਬਾਦੀ ਹੈਗੀ ਆ ਅਤੇ 2.5 million ਜਿਹੜੇ ਆ ਉਹਨਾਂ ਨੇ ਉੱਥੇ ਜਿਹੜੇ ਉਹ ਲਾਏ ਹੋਏ ਆ। ਕੱਲਾ ਇਹੀ ਨਹੀਂ, ਕਹਿੰਦੇ ਵੀ ਇਹ 1000 ਬੰਦੇ ਦੇ ਪਿੱਛੇ ਜਿਹੜਾ ਆ ਉਹ 168 ਜਿਹੜੇ ਕੈਮਰੇ ਆ ਉਹ ਜਿਹੜੇ ਉਹ ਲੱਗੇ ਹੋਏ ਨੇ ਅਤੇ ਉਹਨਾਂ ਦੇ ਵਿੱਚ ਫੇਸ਼ੀਅਲ ਰੈਕੋਗਨਾਈਜੇਸ਼ਨ ਅਤੇ ਹੋਰ ਕਈ ਤਰੀਕੇ ਦੇ ਜਿਹੜੇ ਸਿਸਟਮ ਆ ਉਸ ਦੇ ਨਾਲ ਨਾਲ ਉਹ ਵਰਤ ਰਹੇ ਹੈਗੇ ਨੇ। ਇਹ ਮੰਨਿਆ ਜਾਂਦਾ ਅਤੇ ਇਹ ਪਤਾ ਵੀ ਆ ਵੀ ਜਿਹੜੇ ਕਾਮਰੇਡ ਹੈਗੇ ਨੇ ਉੱਥੇ ਦੇ ਜਿਹੜੀ ਕਮਿਊਨਿਸਟ ਪਾਰਟੀ ਵਾਲੇ ਆ ਉਹ ਆਪਣੇ ਜਿਹੜੇ ਵਿਰੋਧੀਆਂ ਨੂੰ ਦੱਬਣ ਦੇ ਲਈ ਉਹਨਾਂ ਨੂੰ ਜਿਹੜਾ ਉਹ ਸਿਰ ਨਾ ਉਹ ਚੱਕ ਸਕਣ ਉਸ ਦੇ ਲਈ ਕੁਛ ਵੀ ਕਰਨ ਤੱਕ ਜਿਹੜੇ ਉਹ ਜਾ ਰਹੇ ਨੇ। ਆਪਾਂ ਦੇਖਿਆ ਹੀ ਆ ਵੀ ਪਿਛਲੇ ਕਈ ਚਿਰ ਤੋਂ ਜਿਹੜੇ ਉੱਥੇ ਮੁਸਲਮਾਨਾਂ ਦੇ ਵਿਰੁੱਧ ਜਿਹੜੇ ਉਹਨਾਂ ਦੇ ਜਿਹੜੇ ਕੰਸਨਟ੍ਰੇਸ਼ਨ ਕੈਂਪ ਜਿਹੜੇ ਆ ਸੋ ਕਾਲਡ ਰੀਐਜੂਕੇਸ਼ਨਲ ਕੈਂਪ ਦੇ ਨਾਂ ਦੇ ਅਧੀਨ ਜਿਹੜੇ ਉਹ ਚੱਲ ਰਹੇ ਨੇ ਜੀ। ਅਗਲੀ ਖਬਰ ਜਿਹੜੀ ਆ ਉਹ ਚਾਈਨਾ ਦੇ ਨਾਲ ਰਿਲੇਟਡ ਹੈਗੀ ਆ। ਚਾਈਨਾ ਵਾਲਿਆਂ ਨੇ US ਜਿਹੜੀ ਮਿਲਟਰੀ ਆ ਉਹਨਾਂ ਨੂੰ ਹਾਂਗਕਾਂਗ ਦੇ ਪੋਰਟ ਵਰਤਣ ਤੋਂ ਨਾਂਹ ਕਰ ਦਿੱਤੀ ਹੈਗੀ ਆ। ਉਹਦਾ ਕਾਰਨ ਇਹੀ ਆ ਵੀ ਜਿਹੜਾ ਹਾਂਗਕਾਂਗ ਹਿਊਮਨ ਰਾਈਟਸ ਐਂਡ ਡੈਮੋਕ੍ਰੇਸੀ ਐਕਟ ਜਿਹੜਾ ਆ ਉਹ ਪਹਿਲਾਂ ਕਾਂਗਰਸ 'ਚ ਪਾਸ ਹੋਇਆ ਸੀ, ਫਿਰ ਸੈਨੇਟ 'ਚ ਪ੍ਰੈਜੀਡੈਂਟ ਡੋਨਲਡ ਟਰੰਪ ਨੇ ਉਹਨੂੰ ਸਾਈਨ ਕਰ ਦਿੱਤਾ ਸੀ। ਉਹ ਤੋਂ ਬਾਅਦ ਜਿਹੜੇ ਪ੍ਰੋ ਡੈਮੋਕ੍ਰੇਸੀ ਪ੍ਰੋਟੈਸਟਰਸ ਆ ਉਹਨਾਂ ਨੇ ਆਪਣੀ ਜਿਹੜੀ ਇੱਕ ਬਹੁਤ ਵੱਡੀ ਜਿੱਤ ਜਿਹੜੀ ਆ ਉਹ ਉਸ ਨੂੰ ਕਾਊਂਟ ਕੀਤਾ ਅਤੇ ਥੈਂਕਸ ਗਿਵਿੰਗ ਦੇ ਉੱਤੇ ਉਹਨਾਂ ਨੇ ਜਿਹੜਾ ਕਾਫੀ ਮਾਰਚ ਵੀ ਜਿਹੜਾ ਉੱਥੇ ਕੱਢਿਆ। ਸੋ ਉਹਨੂੰ ਲੈ ਕੇ ਚਾਈਨਾ ਵਾਲੇ ਹੁਣ ਕਾਫੀ ਅਪਸੈਟ ਹੈਗੇ ਆ। US ਵਾਲੇ ਜਿਹੜੇ ਆ ਹਾਂਗਕਾਂਗ ਦੇ ਪੋਰਟਸ ਆਪਣੇ ਜਿਹੜੇ ਪਲੇਨ ਆ ਉਹਨਾਂ ਨੂੰ ਉਤਾਰਨ ਦੇ ਲਈ ਜਿਹੜੇ ਨੇਵੀ ਦੇ ਉਹ ਯੂਜ਼ ਕਰਦੇ ਸੀ ਅਤੇ ਹੁਣ ਚਾਈਨਾ ਵਾਲਿਆਂ ਨੇ ਕਿਹਾ ਵੀ ਤੁਸੀਂ ਇਹ ਯੂਜ਼ ਨਹੀਂ ਕਰ ਸਕਦੇ ਜੀ। ਬਿਲਕੁਲ ਇਹ ਜਿਹੜਾ ਅੜਿੱਕਾ ਆ ਪੂਰਾ ਜਿਹੜਾ ਉਹ ਚੱਲ ਰਿਹਾ ਹੈਗਾ ਆ। ਅਤੇ ਅਗਲੀ ਜਿਹੜੀ ਆ ਹਰਜੋਤ ਸਿੰਘ ਜੀ ਗੱਲ ਕਰਦੇ ਹਾਂ, ਰੋਜ਼ਾ ਪਾਰਕਸ ਕਾਫੀ ਮਸ਼ਹੂਰ ਜਿਹੜਾ ਇੱਕ ਨਾਮ ਹੈਗਾ ਆ ਅਮੈਰੀਕਾ ਦੇ ਜਿਹੜੇ ਇਤਿਹਾਸ ਦੇ ਵਿੱਚ। ਕਹਿੰਦੇ ਮੌਂਟਗੋਮਰੀ ਐਲਬਾਮਾ ਦੇ ਵਿੱਚ ਜਿਹੜਾ ਇਹਨਾਂ ਦਾ ਇੱਕ ਸਟੈਚੂ ਜਿਹੜਾ ਉਹ ਲਾਇਆ ਜਾ ਰਿਹਾ ਆ। ਰੋਜ਼ਾ ਪਾਰਕ ਉਹੀ ਨੇ ਇੱਕ ਹਿਸਾਬ ਦੇ ਨਾਲ ਵੀ ਜਿਹੜੇ ਸਿਵਲ ਰਾਈਟਸ ਮੂਵਮੈਂਟ ਦੇ ਇੱਕ ਆਈਕੋਨ ਦੇ ਵਜੋਂ ਜਿਹੜੇ ਦੇਖੇ ਜਾਂਦੇ ਨੇ। ਇਹ ਔਰਤ ਸੀਗੀ ਜਿਸ ਨੇ ਸਿਟੀ ਬੱਸ ਦੇ ਵਿੱਚ ਆਪਣੀ ਸੀਟ ਛੱਡਣ ਤੋਂ ਇਨਕਾਰ ਕੀਤਾ ਸੀ ਅਤੇ ਉਸ ਤੋਂ ਬਾਅਦ ਦੇ ਵਿੱਚ ਹੌਲੀ ਹੌਲੀ ਜਿਹੜੇ ਇਸ ਤੋਂ ਜਿਹੜੇ ਲੋਕਾਂ ਨੇ ਪ੍ਰੋਟੈਸਟ ਕਰਨਾ ਆਪਣੇ ਹੱਕਾਂ ਦੇ ਲਈ, ਖਾਸ ਕਰਕੇ ਜਿਹੜੇ ਕਾਲੇ ਮੂਲ ਦੇ ਲੋਕ ਆ ਉਹਨਾਂ ਦੇ ਦੁਆਰਾ ਜਿਹੜੇ ਆਪਣੇ ਹੱਕਾਂ ਦੇ ਲਈ ਇਹਨਾਂ ਨੇ ਖੜਨਾ ਜਿਹੜਾ ਸ਼ੁਰੂ ਕੀਤਾ ਸੀਗਾ। ਸੋ ਮੌਂਟਗੋਮਰੀ ਐਲਬਾਮਾ ਦੇ ਵਿੱਚ ਉਹਨਾਂ ਡਾਊਨ ਟਾਊਨ ਦੇ ਵਿੱਚ ਇਹਨਾਂ ਦੀ ਜਿਹੜੀ ਇੱਕ ਸਟੈਚੂ ਜਿਹੜਾ ਉਹ ਹੁਣ ਲਾਇਆ ਗਿਆ ਆ ਜੀ। ਅਗਲੀ ਖਬਰ ਜਿਹੜੀ ਆ ਸ਼ਿਕਾਗੋ ਤੋਂ ਆ ਰਹੀ ਹੈ। ਸ਼ਿਕਾਗੋ ਦੀ ਜਿਹੜੀ ਮੇਅਰ ਹੈਗੀ ਆ ਲੋਰੀ ਲਾਈਟਫੁੱਟ, ਉਸ ਨੇ ਸ਼ਿਕਾਗੋ ਦਾ ਜਿਹੜਾ ਪੁਲਿਸ ਸੁਪਰਡੈਂਟ ਸੀਗਾ ਉਸ ਨੂੰ ਜਿਹੜਾ ਆ ਫਾਇਰ ਕਰ ਦਿੱਤਾ ਹੈਗਾ। ਉਸ ਨੇ ਕੁਛ ਕੁ ਹਫ਼ਤਿਆਂ 'ਚ ਹੀ ਰਿਟਾਇਰ ਹੋ ਜਾਣਾ ਸੀ। ਐਡੀ ਜੌਨਸਨ ਜਿਹੜਾ ਹੈਗਾ ਪੁਲਿਸ ਦਾ ਸੁਪਰਡੈਂਟ ਸ਼ਿਕਾਗੋ ਦਾ, ਅਤੇ ਉਹਦੀ ਜਗ੍ਹਾ ਦੇ ਉੱਤੇ ਲੋਸ ਏਂਜਲਸ ਦੇ ਰਹਿ ਚੁੱਕੇ ਜਿਹੜੇ ਪੁਲਿਸ ਚੀਫ ਹੈਗੇ ਆ ਚਾਰਲੀ ਬੈਕ, ਉਹਨਾਂ ਨੂੰ ਜਿਹੜਾ ਹਾਇਰ ਕੀਤਾ ਗਿਆ ਆਲਰੇਡੀ, ਪਰ ਉਹਨਾਂ ਨੂੰ ਹੁਣ ਕਹਿੰਦੇ ਇੰਟਰਮ ਰਾਈਟ ਵੇ ਉਹਨਾਂ ਦੀ ਜਗ੍ਹਾ 'ਤੇ ਰੱਖਿਆ ਗਿਆ ਆ। ਐਡੀ ਜੌਨਸਨ ਜਿਹੜਾ ਆ ਉਸ ਨੇ ਕਹਿੰਦੇ ਵੀ ਇੱਕ ਦਿਨ ਤੜਕੇ ਰਾਤ ਨੂੰ ਆਪਣੀ ਕਾਰ ਦੇ ਵਿੱਚ ਉਹ ਬਾਹਰ ਘਰ ਦੇ ਸੁੱਤਾ ਪਿਆ ਸੀ ਅਤੇ ਐਕਚੁਲੀ ਉਹ ਸ਼ਰਾਬੀ ਸੀ, ਤਾਂ ਮੁੜ ਕੇ ਜਦੋਂ ਪੁਲਿਸ ਵਾਲੇ ਵੀ ਗਏ ਉਹਨੂੰ ਚੈੱਕ ਕਰਨ ਤਾਂ ਉਹਨਾਂ ਨੇ ਕਿਸੇ ਤਰ੍ਹਾਂ ਦਾ ਉਹਦਾ ਟੈਸਟ ਨਹੀਂ ਲਿਆ। ਅਤੇ ਜਿਹੜੀ ਮੇਅਰ ਲੋਰੀ ਆ ਉਹ ਕਹਿੰਦੀ ਵੀ ਮੈਨੂੰ ਵੀ ਉਸਨੇ ਝੂਠ ਬੋਲਿਆ ਵੀ ਨਹੀਂ ਵੀ ਮੈਂ ਸ਼ਰਾਬੀ ਨਹੀਂ ਸੀ, ਮੈਂ ਤਾਂ ਰੋਟੀ ਖਾ ਕੇ ਆਇਆ ਸੀ, ਡਿਨਰ ਕਰਕੇ ਆਇਆ ਸੀ ਰਾਤ ਦਾ, ਅਤੇ ਮੇਰਾ ਬਲੱਡ ਪ੍ਰੈਸ਼ਰ ਹਾਈ ਹੋ ਗਿਆ ਸੋ ਮੈਂ ਸੋਚਿਆ ਵੀ ਚੱਲ ਕਾਰ 'ਚ ਹੀ ਸੌ ਜਾਂਦਾ। ਸੋ ਇਹ ਪੁਲਿਸ ਸੁਪਰਡੈਂਟ ਦੀ ਪੁਜੀਸ਼ਨ ਸੀਗੀ, ਸੋ ਉਹਨੂੰ ਦੇਖਦੇ ਹੋਏ। ਸੋ ਇਹ ਤੋਂ ਇਹ ਲੱਗਦਾ ਹੈ ਵੀ ਜਿਹੜੀ ਸ਼ਿਕਾਗੋ ਆ ਇੱਕ ਇਸ ਵੇਲੇ USA ਦੇ ਵਿੱਚ ਸਭ ਤੋਂ ਵੱਧ ਜਿਹੜੇ ਕ੍ਰਾਈਮ ਸ਼ਿਕਾਗੋ 'ਚ ਹੋ ਰਿਹਾ ਗੈਂਗਵਾਰ ਚੱਲ ਰਹੀ ਆ, ਉਸ ਨੂੰ ਕਲੀਨ ਕਰਨ ਦੇ ਲਈ ਇਹ ਇੱਕ ਜਿਹੜਾ ਸਿਗਨਲ ਆ ਜਿਹੜਾ ਮੇਅਰ ਵੱਲੋਂ ਜਿਹੜੀ ਸ਼ਿਕਾਗੋ ਦੀ ਨਵੀਂ ਚੁਣੀ ਹੋਈ ਮੇਅਰ ਲੋਰੀ ਲਾਈਟਫੁੱਟ ਆ ਉਹਦੇ ਵੱਲੋਂ ਦਿੱਤਾ ਗਿਆ ਜੀ।
ਅਗਲੀ ਜਿਹੜੀ ਹਰਜੋਤ ਸਿੰਘ ਜੀ ਪੁਲਿਸ ਵਾਲਿਆਂ ਦੇ ਕਾਰਨਾਮਿਆਂ ਦੇ ਵਿੱਚ ਦੇਖਦੇ ਜਾਈਏ, ਕਹਿੰਦੇ ਵੀ ਨੋਰਮਲ ਪੁਲਿਸ ਆਫਿਸਰ ਇਹ ਇਲਾਕਾ ਹੈਗਾ ਆ, ਵੀ ਉੱਥੇ ਦਾ ਜਿਹੜਾ ਇੱਕ ਪੁਲਿਸ ਅਧਿਕਾਰੀ ਆ, ਵੈਟਰਨ ਪੁਲਿਸ ਆਫਿਸਰ ਆ, ਉਹਨੇ ਜਿਹਨੇ 911 ਕਾਲ ਕੀਤੀ ਸੀ ਉਸ ਬੰਦੇ ਓਵਰਡੋਜ਼ ਜਿਹੜਾ ਉਹ ਕਰ ਗਿਆ ਸੀਗਾ, ਕਹਿੰਦੇ ਵੀ ਉਸ ਦੇ $12,000 ਜਿਹੜਾ ਕੈਸ਼ ਆ ਉਹ ਚੋਰੀ ਕਰ ਲਿਆ, ਅਤੇ ਬਾਅਦ ਦੇ ਵਿੱਚ ਸਹਿਜੇ ਕਿਤੇ ਚੋਰੀ ਦੇਣੀ ਵਾਪਸ ਜਿਹੜਾ ਆ ਉਸਨੂੰ ਉਹਨੇ ਕਰਨ ਦੀ ਜਿਹੜੀ ਆ ਉਹ ਕੋਸ਼ਿਸ਼ ਵੀ ਕੀਤੀ, ਜਿਸ ਦੇ ਕਰਕੇ ਬਾਅਦ ਦੇ ਵਿੱਚ ਉਹ ਫੜਿਆ ਗਿਆ। ਬ੍ਰਾਇਨ ਵਿਲੀਅਮਸ 46 ਸਾਲ, ਜਿਸ ਦੀ ਉਮਰ ਆ 18 ਸਾਲਾਂ ਦਾ, ਉਹ ਪੁਲਿਸ ਦਾ ਉਹ ਵੈਟਰਨ ਆ, ਅਤੇ ਕਹਿੰਦੇ 25 ਨਵੰਬਰ ਨੂੰ ਉਹਨੇ 911 ਕਾਲ ਨੂੰ ਰਿਸਪੋਂਡ ਜਦੋਂ ਉਸਨੇ ਕੀਤਾ ਤਾਂ ਉਦੋਂ ਉਹਨੇ ਇਹ ਜਿਹੜਾ ਆ ਕੰਮ ਕੀਤਾ, ਅਤੇ ਓਵਰਡੋਜ਼ ਦੇ ਵਿੱਚ ਉਹ ਬੰਦਾ ਤਾਂ ਜਿਹੜਾ ਉਹ ਮਾਰਿਆ ਗਿਆ ਸੀਗਾ, ਪਰ $12,000 ਜਿਹੜੇ ਕਹਿੰਦੇ ਆ ਉਸ ਰੈਲੇਟਿਵ ਉਹਨਾਂ ਨੇ ਕਿਹਾ ਵੀ ਇੱਥੇ ਮਿਸਿੰਗ ਜਿਹੜਾ ਉਹ ਹੈਗਾ ਆ। ਸੋ ਉਸ ਤੋਂ ਬਾਅਦ ਦੇ ਵਿੱਚ ਇਸਨੇ ਜਿਹੜੀ ਉਹ ਟਰਾਈ ਕੀਤੀ, ਅਤੇ ਹੁਣ ਕਹਿੰਦੇ ਵੀ ਉਸਨੂੰ ਚਾਰਜ ਕੀਤਾ ਜਾ ਰਿਹਾ ਅਫੀਸ਼ੀਅਲ ਮਿਸਕੰਡਕਟ ਅਤੇ ਥੈਫਟ ਦੇ ਨਾਲ। ਜੀ, ਅਗਲੀ ਖਬਰ ਵੱਲ ਚੱਲੀਏ ਜਿਹੜੀ ਲੰਡਨ ਤੋਂ ਆ ਰਹੀ। ਲੰਡਨ 'ਚ ਸਰੋਤਿਆਂ ਨੂੰ ਯਾਦ ਹੋਊਗਾ ਪਿਛਲੇ ਹਫ਼ਤੇ ਇੱਕ ਅੱਤਵਾਦੀ ਨੇ ਜਿਹੜੇ ਆ ਚਾਕੂ ਮਾਰ ਕੇ 2 ਜਣਿਆਂ ਨੂੰ ਮਾਰ ਦਿੱਤਾ ਸੀ ਅਤੇ 2-3 ਜਣੇ ਫੱਟੜ ਕਰ ਦਿੱਤੇ ਸੀ। 2 ਜਿਹੜੇ ਮਾਰੇ ਗਏ ਆ, ਜਿਸ ਇੱਕ ਦਾ ਨਾਮ ਸੈਸਕੀਆ ਜੋਨਸ ਅਤੇ ਜਿਹੜਾ ਲੜਕਾ ਸੀਗਾ ਉਹ ਜੈਕ ਮੈਰਿਟ, ਬੜੇ ਯੰਗ ਸੀਗੇ ਦੋਨੋਂ ਹੀ, ਕੈਂਬਰਿਜ ਯੂਨੀਵਰਸਿਟੀ ਦੇ ਹੀ ਗ੍ਰੈਜੂਏਟ ਸੀਗੇ ਦੋਨੋਂ ਹੀ, ਅਤੇ ਕੈਂਬਰਿਜ ਯੂਨੀਵਰਸਿਟੀ ਦਾ ਹੀ ਇੱਕ ਪ੍ਰੋਗਰਾਮ ਸੀ ਪ੍ਰਿਜ਼ਨ ਦੇ ਵਿੱਚ, ਜੇਲ੍ਹ ਦੇ ਵਿੱਚ ਐਜੂਕੇਸ਼ਨ ਪ੍ਰੋਗਰਾਮ, ਜਿਹੜੇ ਜੇਲ੍ਹ ਜਿਹੜੇ ਕੈਦੀ ਆ ਉਹਨਾਂ ਨੂੰ ਕਿਸ ਤਰ੍ਹਾਂ ਜਿਹੜਾ ਰਿਫੋਰਮ ਕਰਨਾ ਆ। ਸੋ ਦੇਖੋ ਉਹ ਇੱਦਾਂ ਇੱਕ ਇੱਦਾਂ ਦਾ ਕੰਮ ਕਰ ਰਹੇ ਸੀ ਜਿਹੜੇ ਕੈਦੀ ਆ ਉਹਨਾਂ ਨੂੰ ਰਿਫੋਰਮ ਕਰਕੇ ਜਿਹੜਾ ਸੁਸਾਇਟੀ 'ਚ ਕਿਸ ਤਰ੍ਹਾਂ ਲਿਆਉਣਾ ਆ, ਅਤੇ ਉਹਨਾਂ ਨੂੰ ਹੀ ਇੱਕ ਜਿਹੜਾ ਟੈਰਰਿਸਟ ਬੰਦਾ ਜਿਹੜਾ ਪਹਿਲਾਂ ਜੇਲ੍ਹ ਦੇ ਵਿੱਚ ਸੀ ਉਹਨੂੰ ਛੱਡ ਦਿੱਤਾ ਗਿਆ ਸੀ, ਵੀ ਕਹਿੰਦੇ ਵੀ ਹੁਣ ਉਹ ਸੁਧਰ ਗਿਆ ਅਤੇ ਉਸਨੇ ਫਿਰ ਚਾਕੂਆਂ ਦੇ ਨਾਲ ਮਾਰ ਦਿੱਤਾ। ਇਸ ਕਰਕੇ ਜਿਹੜਾ ਬੋਰਿਸ ਜੌਨਸਨ ਆ ਉਹ ਕਾਫ਼ੀ ਤੱਤੇ ਪਾਣੀ ਦੇ ਵਿੱਚ ਜਿਹੜਾ ਉਹ ਪਿਆ ਆ, ਵੀ ਇਹ ਛੱਡਿਆ ਜਿਹੜਾ ਉਹ ਕਿੱਦਾਂ ਗਿਆ ਬੰਦਾ, ਅਤੇ ਕਾਫ਼ੀ ਲੋਕ ਜਿਹੜੇ ਉਸ ਤੋਂ ਲੈ ਕੇ ਕਾਫ਼ੀ ਨਾ ਖੁਸ਼ ਨੇ। ਸੋ ਉੱਥੇ ਵੀ ਇਲੈਕਸ਼ਨਾਂ ਜਿਹੜੀਆਂ ਬਹੁਤ ਹੀ ਜਲਦ ਜਿਹੜੀਆਂ ਇਸ ਮਹੀਨੇ ਦੇ ਵਿੱਚ ਹੁਣ ਆ ਰਹੀਆਂ ਨੇ, ਸੋ ਲੈਟ ਸੀ ਉਸ ਦਾ ਜਿਹੜਾ ਕਿੱਦਾਂ ਦਾ ਅਸਰ ਉਹ ਰਹੇਗਾ। ਹਰਜੋਤ ਸਿੰਘ ਜੀ, ਜਿਹੜੀ ਰੀਕ੍ਰੀਏਸ਼ਨਲ ਮੈਰੂਆਨਾ ਆ, ਜਿਹੜੀ ਭੰਗ ਆ, ਉਹ ਲਗਾਤਾਰ ਅਮਰੀਕਾ ਦੇ ਵੱਖ ਵੱਖ ਸ਼ਹਿਰਾਂ ਵੱਖ ਵੱਖ ਸੂਬਿਆਂ ਦੇ ਵਿੱਚ ਉਹ ਲੀਗਲ ਹੁੰਦੀ ਜਾ ਰਹੀ ਆ, ਅਤੇ ਕਹਿੰਦੇ ਅੱਜ ਮਿਸ਼ੀਗਨ ਦੇ ਵਿੱਚ ਪਹਿਲਾ ਦਿਨ ਸੀਗਾ ਜਿਹੜੀਆਂ ਇਸ ਦੀਆਂ ਲੀਗਲ ਸੇਲਸ ਦਾ, ਅਤੇ ਕਹਿੰਦੇ ਹਜੂਮ ਦਾ ਹਜੂਮ ਜਿਹੜਾ ਲੋਕਾਂ ਨੇ ਲਾਈਨਾਂ ਲਾ ਕੇ ਜਿਹੜੀਆਂ ਆ ਉਹ ਵੇਟ ਜਿਹੜੀ ਉਹ ਕੀਤੀ ਵੀ ਜਿਹੜਾ ਉਹ ਜਾ ਕੇ ਖਰੀਦਣ। ਸੋ ਇਸ ਟਾਈਮ ਕਹਿੰਦੇ ਵੀ ਇੱਕ ਕਾਫ਼ੀ ਉੱਭਰ ਰਹੀ ਜਿਹੜੀ ਇੰਡਸਟਰੀ ਹੈਗੀ ਹੈ, ਜਿਸ ਤਰੀਕੇ ਦੇ ਨਾਲ ਸ਼ਰਾਬ ਅਤੇ ਤੰਬਾਕੂ ਲੀਗਲ ਜਿਹੜਾ ਨਸ਼ਾ ਆ ਉਹ ਵੇਚਿਆ ਜਾਂਦਾ ਆ ਵੱਖ ਵੱਖ ਥਾਵਾਂ ਦੇ ਉੱਤੇ ਪੂਰੇ ਜਿਹੜੇ ਵਿਸ਼ਵ ਦੇ ਵਿੱਚ ਹੀ, ਇਕੱਲਾ ਅਮਰੀਕਾ ਹੀ ਨਹੀਂ। ਇਸੇ ਤਰੀਕੇ ਦੇ ਨਾਲ ਮਰਵਾਨਾ ਵੀ ਕਹਿੰਦੇ ਆ ਇੱਦਾਂ ਲੱਗ ਰਿਹਾ ਆ ਵੀ ਹੌਲੀ ਹੌਲੀ ਇਸੇ ਹੀ ਤਰ੍ਹਾਂ ਦੇ ਉੱਤੇ ਸਟੋਰਾਂ ਦੇ ਉੱਤੇ ਆਲਮੋਸਟ ਸਾਰੇ ਹੀ ਪਾਸੇ ਜਿਹੜੀ ਉਹ ਵਿਕਣੀ ਸ਼ੁਰੂ ਹੋਵੇਗੀ। ਹਾਲ ਦੀ ਘੜੀ ਅਮੈਰੀਕਾ ਫੈਡਰਲ ਲੈਵਲ ਦੇ ਉੱਤੇ ਇਸ ਨੂੰ ਸਕੈਜੂਲ 1 ਡਰੱਗ ਦੇ ਵਜੋਂ ਹੀ ਜਿਹੜਾ ਉਹ ਦੇਖਿਆ ਜਾਂਦਾ ਆ, ਜਿਸ ਦੇ ਵਿੱਚ ਜਿਹੜੀਆਂ ਹੋਰ ਬਹੁਤ ਸਾਰੇ ਕਹਿ ਲਓ ਵੀ ਜਿਹੜੇ ਨਸ਼ੇ ਹੈਗੇ ਨੇ ਸਿੰਥੈਟਿਕ ਨਸ਼ਿਆਂ ਦੇ ਨਾਲ ਜਿਹੜਾ ਆ ਉਸਨੂੰ ਮਾਰੂਪਨ ਜਿਹੜਾ ਇਸਦਾ ਉਹ ਮੰਨਿਆ ਜਾਂਦਾ ਹੈਗਾ ਆ। ਸੋ ਅਮੈਰੀਕਾ ਦੇ ਬਹੁਤ ਸਾਰੇ ਸੂਬਿਆਂ ਦੇ ਵਿੱਚੋਂ ਜਿੱਦਾਂ ਕੈਲੀਫੋਰਨੀਆ ਅਤੇ ਵਾਸ਼ਿੰਗਟਨ, ਓਰੇਗਨ, ਕਲੋਰਾਡੋ, ਹੋਰ ਕਈ ਜਿਹੜੇ ਸੂਬਿਆਂ ਦੇ ਵਿੱਚ ਰੀਕ੍ਰੀਏਸ਼ਨਲ ਮੈਰਵਾਨਾ ਜਿਹੜੀ ਉਹ ਲੀਗਲ ਹੁੰਦੀ ਜਾ ਰਹੀ ਆ। ਸੋ ਇਸੇ ਤਰੀਕੇ ਨਾਲ ਮਿਸ਼ੀਗਨ ਦੇ ਵਿੱਚ ਵੀ ਇਹ ਕੰਮ ਜਿਹੜਾ ਸ਼ੁਰੂ ਹੋ ਚੁੱਕਾ ਆ। ਜੀ, ਅਗਲੀ ਖਬਰ ਜਿਹੜੀ ਆ ਮੈਕਸੀਕੋ ਤੋਂ ਆ ਰਹੀ ਆ। ਮੈਕਸੀਕੋ ਦੇ ਟੈਕਸਸ ਦੇ ਬਾਰਡਰ ਦੇ ਉੱਤੇ ਕਹਿੰਦੇ ਕੱਲ੍ਹ ਕਾਫੀ ਵੱਡੀ ਜਿਹੜੀ ਆ ਇੱਕ ਤਰ੍ਹਾਂ ਦੇ ਨਾਲ ਮੈਕਸੀਕੋ ਦੀ ਜਿਹੜੀ ਪੁਲਿਸ ਆ ਅਤੇ ਆਰਮੀ ਅਤੇ ਨਾਲ ਦੀ ਨਾਲ ਜਿਹੜੇ ਮੈਕਸੀਕੋ ਦੇ ਵਿੱਚ ਜਿਹੜੇ ਗੈਂਗ ਹੈਗੇ ਆ ਕਾਰਟਲ ਆ ਡਰੱਗ, ਉਹਨਾਂ ਦੇ ਵਿੱਚ ਲੜਾਈ ਹੋਈ ਅਤੇ 22 ਲੋਕਾਂ ਦੀ ਜਿਹੜੀ ਮੌਤ ਹੋਈ ਆ। ਅਤੇ ਇਸੇ ਤਰ੍ਹਾਂ ਮੈਕਸੀਕੋ ਨੇ ਅਨਾਊਂਸ ਕੀਤਾ ਵੀ ਉਹਨਾਂ ਨੇ ਕਾਫੀ ਵੱਡੀ ਗਿਣਤੀ ਦੇ ਵਿੱਚ ਉਹਨਾਂ ਲੋਕਾਂ ਨੂੰ ਅਰੈਸਟ ਕਰ ਲਿਆ ਸੀ ਜਿਨ੍ਹਾਂ ਨੇ ਪਿਛਲੇ ਦਿਨਾਂ ਦੇ ਵਿੱਚ 9 ਦੇ ਕਰੀਬ ਜਿਹੜੇ ਅਮੈਰੀਕਨਸ ਆ ਜਿਨ੍ਹਾਂ ਨੂੰ ਮਾਰ ਦਿੱਤਾ ਸੀਗਾ, ਜਿਹੜੇ ਮੋਰਮਨ ਧਰਮ ਦੇ ਸੀਗੇ। ਸੋ ਇਸ ਸਾਰੀ ਐਫਰਟ ਦੇ ਵਿੱਚ ਅਟੋਰਨੀ ਜਨਰਲ ਜਿਹੜੇ ਮੈਕਸੀਕੋ ਦੇ ਆ ਉਹਨਾਂ ਦੇ ਮੁਤਾਬਕ ਮੈਕਸੀਕਨ ਆਰਮੀ, ਨੇਵੀ, ਨੈਸ਼ਨਲ ਗਾਰਡ, ਇੰਟੈਲੀਜੈਂਸ ਆਫਿਸ਼ੀਅਲ ਸਾਰੇ ਜਿਹੜੇ ਆ ਉਹ ਇਨਵੋਲਵ ਸੀਗੇ। ਉਹਨਾਂ ਨੇ ਹਜੇ ਇਹ ਡਿਟੇਲ 'ਚ ਨਹੀਂ ਦੱਸਿਆ ਵੀ ਕਿੰਨੇ ਲੋਕ ਜਿਹੜੇ ਆ ਅਰੈਸਟ ਕੀਤੇ ਗਏ ਹੈਗੇ ਆ। ਜੀ, ਅਤੇ ਹਰਜੋਤ ਸਿੰਘ ਜੀ, ਆਪਾਂ ਅਕਸਰ ਕਲਾਈਮੇਟ ਚੇਂਜ ਦੀ ਗੱਲ ਕਰਦੇ ਰਹਿੰਦੇ ਹਾਂ, ਅਤੇ ਜਾਂ ਫਿਰ ਜਿੱਦਾਂ ਦੇਖਦੇ ਵੀ ਕਿਸ ਤਰੀਕੇ ਨਾਲ ਗੰਦਗੀ ਜਾਂ ਹੋਰ ਚੀਜ਼ਾਂ ਜਿਹੜੀਆਂ ਪੋਲਿਊਸ਼ਨ ਉਹ ਫੈਲ ਰਿਹਾ ਆ। ਕਹਿੰਦੇ ਇੱਕ ਯੰਗ ਜਿਹੜੀ ਸਪਰਮ ਵੇਲ ਆ ਉਹ ਬੀਤੇ ਦਿਨਾਂ ਦੇ ਵਿੱਚ ਜਿਹੜੇ ਸਕਾਟਲੈਂਡ ਦੇ ਇੱਕ ਤੱਟ ਦੇ ਉੱਤੇ ਜਿਹੜੀ ਉਹ ਮਰੀ ਪਾਈ ਗਈ,
ਤੇ ਕਹਿੰਦੇ ਉਸ ਦੇ ਜਿਹੜੇ ਢਿੱਡ ਦੇ ਵਿੱਚੋਂ 220 ਪਾਊਂਡ ਜਿਹੜਾ ਆ ਉਹ ਟਰੈਸ਼ ਜਿਹੜਾ ਉਹ ਲੱਭਾ ਤੇ ਇਹ ਕਹਿੰਦੇ ਵੀ ਹੁਣ ਇਸ ਐਨੀਮਲ ਨੂੰ ਪੋਸਟਮਾਰਟਮ ਦੇ ਲਈ ਜਿਹੜਾ ਉਹ ਲੈ ਕੇ ਜਾਇਆ ਗਿਆ ਹੈਗਾ ਆ। ਸੋ ਇੱਕ ਬੜੀ ਹੀ ਜਿਹੜੀ ਮੰਦਭਾਗੀ ਜਿਹੜੀ ਗੱਲ ਹੈਗੀ ਆ ਵੀ ਜਿਹੜੇ ਪ੍ਰਿਸਟੀਨ ਕੰਡੀਸ਼ਨ ਦੇ ਵਿੱਚ ਜਿਹੜੇ ਆਪਣੇ ਸਮੁੰਦਰ ਆ ਉਹਨਾਂ ਨੂੰ ਆਪਾਂ ਕਿਸ ਤਰੀਕੇ ਦੇ ਨਾਲ ਜਿਹੜਾ ਉਹ ਗੰਧਲਾ ਜਿਹੜਾ ਉਹ ਕਰ ਚੁੱਕੇ ਹਾਂ ਵੀ ਜਿਹੜੇ ਉਸ ਦੇ ਵਿੱਚ ਰਹਿ ਰਹੇ ਜੀਵ ਜੰਤੂ ਆ। ਇੱਕ ਨੈਚੁਰਲੀ ਮਰਨਾ ਹੋਰ ਚੀਜ਼ ਹੁੰਦੀ ਆ, ਅਜਿਹੀਆਂ ਚੀਜ਼ਾਂ ਖਾ ਖਾ ਕੇ ਜਿਹੜਾ ਮਨੁੱਖਾਂ ਦਾ ਗੰਦ ਜਿਹੜਾ ਆ ਉਹ ਆਪਾਂ ਪਾਣੀ ਦੇ ਵਿੱਚ ਜਿਹੜਾ ਸੁੱਟ ਰਹੇ ਹਾਂ ਅਤੇ ਫਿਰ ਆਪਾਂ ਗੱਲਾਂ ਕਰਦੇ ਹਾਂ ਵੀ ਆਪਾਂ ਇਨਵਾਇਰਮੈਂਟ ਨੂੰ ਜਿਹੜਾ ਉਹ ਨਾਲ ਨਾਲ ਬਚਾਉਣਾ ਆ। ਸੋ ਆਪਾਂ ਨੂੰ ਆਪਣੇ ਪੱਧਰ ਦੇ ਉੱਤੇ ਵੀ ਜਿਹੜੀਆਂ ਚੀਜ਼ਾਂ ਆ ਇਹਨਾਂ ਚੀਜ਼ਾਂ ਦੀ ਜਿਹੜੀ ਖਪਤ ਆ ਉਹ ਘਟਾਉਣੀ ਪੈਣੀ ਆ ਤਾਂ ਹੀ ਜਿਹੜੀਆਂ ਚੀਜ਼ਾਂ ਆ ਉਹ ਰੁਕਣੀਆਂ। ਦੋਨੋਂ ਪਾਸੇ ਹੀ ਆ, ਦੋਨੋਂ ਹੱਥਾਂ ਦੇ ਨਾਲ ਤਾੜੀ ਵੱਜਣੀ ਆ। ਇੰਡਸਟਰੀ ਜਿਹੜੀ ਹੈਗੀ ਆ ਉਹਨਾਂ ਨੂੰ ਵੀ ਆਪਣੀਆਂ ਪੋਲਿਸੀਜ਼ ਦੇ ਵਿੱਚ ਚੇਂਜਿਸ ਜਿਹੜੇ ਲਿਆਉਣੇ ਪੈਣੇ ਆ ਅਤੇ ਲੋਕਾਂ ਨੂੰ ਵੀ ਜਿਹੜੇ ਆਪਣੇ ਜਿਹੜੇ ਤੌਰ ਤਰੀਕੇ ਆ ਉਹਨਾਂ ਦੇ ਵਿੱਚ ਬਦਲਾਅ ਕਰਨ ਦੀ ਜਿਹੜੀ ਜ਼ਰੂਰਤ ਉਹ ਹੈਗੀ ਆ ਜੀ। ਸਾਡਾ ਸਮਾਂ ਵੀ ਸਮਾਪਤ ਆ ਅਤੇ ਜਾਂਦੇ ਜਾਂਦੇ ਕੱਲ੍ਹ ਸੈਨੋਜ਼ੇ ਦੇ ਵਿੱਚ ਹਾਈਵੇ 101 ਦੇ ਉੱਤੇ ਇੱਕ ਐਕਸੀਡੈਂਟ ਹੋਇਆ ਜਿਹਦੇ ਨਾਲ 2 ਜਣਿਆਂ ਦੀ ਮੌਤ ਹੋ ਗਈ ਅਤੇ 5 ਜਣੇ ਫੱਟੜ ਹੋ ਗਏ। ਅਤੇ ਕੈਲੀਫੋਰਨੀਆ ਹਾਈਵੇ ਪੈਟਰੋਲ ਨੇ 21 ਸਾਲਾਂ ਦੇ ਐਸਟਾਵਿਨ ਐਗੂਲਰ ਇਮਨੇਜ਼ ਨੂੰ ਅਰੈਸਟ ਕੀਤਾ ਜੋ ਕਿ ਡਰੰਕ ਡਰਾਈਵਿੰਗ ਦੇ ਅੰਡਰ ਡਰਾਈਵ ਕਰ ਰਿਹਾ ਸੀ। ਸੋ ਉਹਦੇ ਉੱਤੇ ਹੁਣ ਵਹੀਕੁਲਰ ਮੈਨਸਲੋਟਰ ਚਾਰਜਸ ਵੀ ਲਾਏ ਜਾਣਗੇ। ਸੋ ਦੇਖੋ ਸਾਰਿਆਂ ਨੂੰ ਪਤਾ ਹੀ ਆ ਵੀ ਛੁੱਟੀਆਂ ਸੀਆਂ, ਛੁੱਟੀਆਂ ਦੇ ਵਿੱਚ ਬਹੁਤ ਜਿਹੜੇ ਲੋਕ ਆ ਉਹ ਡਰੰਕ ਕਰਕੇ ਜਿਹੜੇ ਆ ਉਹ ਡਰਾਈਵ ਕਰਦੇ ਆ। ਸੋ ਹੁਣ 2 ਜਣਿਆਂ ਦੀ ਜਿਹੜੀ ਆ ਉੱਥੇ ਮੌਤ ਹੋ ਗਈ। ਤੁਸੀਂ ਦੇਖੋ ਹਰਜੋਤ ਸਿੰਘ ਜੀ ਹੁਣ ਮੈਰਵਾਨਾ ਦੇ ਦੁਆਲੇ ਹੋਏ ਰਹਿੰਦੇ ਆ ਵੀ ਉਹ ਉਹਦੇ ਨਾਲ ਵੀ ਇਹ ਕੁਛ ਹੁੰਦਾ ਆ, ਪਰ ਸ਼ਰਾਬ ਨੂੰ ਨਹੀਂ ਰੋਕਦੇ ਵੀ ਉਹਦੇ ਕਰਕੇ ਕਿੰਨਾ ਜਿਹੜਾ ਉਹ ਨੁਕਸਾਨ ਹੈਗਾ। ਫਿਰ ਉਹੀ ਨਾ ਜਿਹੜਾ ਪੈਮਾਨੇ ਉਹ ਵੱਖੋ ਵੱਖਰੇ ਆ, ਇੰਡਸਟਰੀ ਦੇ ਹਿਸਾਬ ਦੇ ਨਾਲ ਜਿਹੜੇ ਪੈਮਾਨੇ ਆ ਉਹ ਬਣੇ ਪਏ ਆ ਵੀ ਕਿਸ ਤਰੀਕੇ ਦੇ ਨਾਲ। ਸਭ ਤੋਂ ਜ਼ਿਆਦਾ ਜਿਹੜੀਆਂ ਮੌਤਾਂ ਆ DUI ਦੇ ਵਿੱਚ ਜਿਹੜੀਆਂ ਆ ਉਹ ਮਰਨ ਵਾਲਿਆਂ ਦੇ ਵਿੱਚੋਂ ਸ਼ਰਾਬ ਜਿਹੜਾ ਇੱਕ ਸਭ ਤੋਂ ਵੱਡਾ ਉਹ ਨਸ਼ਾ ਜਿਹੜਾ ਉਹ ਮੰਨਿਆ ਜਾਂਦਾ ਆ, ਜਿਹਦੇ ਕਰਕੇ ਲੋਕ ਜਦੋਂ ਫਿਰ ਉਹ ਡਰਾਈਵ ਕਰਦੇ ਉਦੋਂ ਫਿਰ ਇਹ ਸੋਚਣ ਲੱਗ ਜਾਂਦੇ ਆ ਵੀ ਸ਼ਾਇਦ ਉਹਨਾਂ ਤੋਂ ਚੰਗਾ ਜਿਹੜਾ ਕੋਈ ਡਰਾਈਵ ਜਿਹੜਾ ਉਹ ਸ਼ਾਇਦ ਨਹੀਂ ਕਰ ਸਕਦਾ ਅਤੇ ਉਹ ਆਪ ਤਾਂ ਮਰਦੇ ਹੀ ਆ ਅਤੇ ਹੋਰ ਪਰਿਵਾਰਾਂ ਦੇ ਵਿੱਚ ਵੀ ਇੱਦਾਂ ਦੇ ਜਿਹੜੇ ਸ਼ੋਕ ਆ ਉਹ ਫੈਲਾ ਜਾਂਦੇ ਨੇ। ਬਹੁਤ ਅਫਸੋਸ ਵਾਲੀ ਜਿਹੜੀ ਗੱਲ ਆ, ਇਹ ਲੋਕਾਂ ਨੂੰ ਜਿਹੜਾ ਸਿਰ ਨੂੰ ਹੱਥ ਮਾਰਨ ਦੀ ਜਿਹੜੀ ਜ਼ਰੂਰਤ ਆ ਵੀ ਨੋ ਡਰਿੰਕਿੰਗ ਜਿਹੜੀ ਵਾਈਲਡ ਡਰਾਈਵਿੰਗ ਅਤੇ ਡਰਿੰਕ ਕਰਕੇ ਜਿਹੜਾ ਡਰਾਈਵ ਨਹੀਂ ਕਰਨਾ। ਬੱਸ ਡਰਾਈਵਿੰਗ ਇਜ਼ ਡਰਿੰਕ ਡਰਾਈਵਿੰਗ, ਇਹ ਬਹੁਤ ਸਾਰੇ ਜਿਹੜੇ PSA ਪਬਲਿਕ ਸਰਵਿਸ ਅਨਾਊਂਸਮੈਂਟਸ ਜਿਹੜੀਆਂ ਉਹ ਆਉਂਦੀਆਂ ਨੇ। ਸੋ ਇਹਨਾਂ ਦਾ ਜ਼ਰੂਰ ਧਿਆਨ ਰੱਖਣਾ ਚਾਹੀਦਾ ਆ। ਅਤੇ ਹਰਜੋਤ ਸਿੰਘ ਜੀ ਹੁਣ ਆਪਾਂ ਇੱਥੇ ਜਿਹੜਾ ਅੱਜ ਦੇ ਪ੍ਰੋਗਰਾਮ ਨੂੰ ਸਮਾਪਤ ਕਰਦੇ ਹਾਂ। ਸਾਡੇ ਦੋਨਾਂ ਹੀ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨੇ ਕੀ ਜਹੀ ਸਤਿ ਸ੍ਰੀ ਅਕਾਲ ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਸਾਰੇ ਜਾਣੇ ਧਿਆਨ ਦੇਣ, ਇਸ ਮੌਕੇ ਜੇਕਰ ਤੁਹਾਡੇ ਲੋਨ ਦੀ ਕੀਮਤ 350 ਤੋਂ 484K ਦੀ ਹੈ, 25% ਹਾਊਸ ਦੇ ਵਿੱਚ